ਬਲਿੰਦਰ ਸਿੰਘ ਗੁਰਮਾਨੀ ਆਪਣੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਇਸ ਖਾਸ ਪ੍ਰੋਗਰਾਮ ਵਿੱਚ। ਇਸ ਪ੍ਰੋਗਰਾਮ ਦੇ ਜ਼ਰੀਏ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕੋਈ ਨਾ ਕੋਈ ਅਜਿਹਾ ਨੇਤਾ ਤੁਹਾਡੇ ਸਾਹਮਣੇ ਰੂਬਰੂ ਕਰਾਂ ਅਤੇ ਉਹਨਾਂ ਤੋਂ ਖੱਟੇ ਮਿੱਠੇ ਸਵਾਲ, ਕੌੜੇ ਮਿੱਠੇ ਸਵਾਲਾਂ ਦੇ ਜ਼ਰੀਏ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਆਖਰ ਪੰਜਾਬ ਦੀ ਸਿਆਸਤ ਵਿੱਚ ਚੱਲ ਕੀ ਰਿਹਾ ਹੈ। ਮੇਰੇ ਨਾਲ ਇਸ ਸਮੇਂ ਮੌਜੂਦ ਨੇ ਹਰਪਾਲ ਸਿੰਘ ਚੀਮਾ ਜੀ, ਵਿਰੋਧੀ ਧਿਰ ਦੇ ਆਗੂ ਨੇ, ਆਮ ਆਦਮੀ ਪਾਰਟੀ ਦੇ। ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਚੀਮਾ ਸਾਹਿਬ, ਆਖਰਕਾਰ ਪੰਜਾਬ ਦੀ ਸਿਆਸਤ ਵਿੱਚ ਚੀਮਾ ਸਾਹਿਬ ਦੀ ਨਜ਼ਰ ਨਾਲ ਚੱਲ ਕੀ ਰਿਹਾ? ਦੇਖੋ, ਪੰਜਾਬ ਦੀ ਸਿਆਸਤ ਮੈਂ ਸਮਝਦਾ ਪਿਛਲੇ ਲੰਬੇ ਅਰਸੇ ਤੋਂ ਜਿਹੜਾ ਹੈਗਾ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈਗਾ, ਚਾਹੇ ਅਕਾਲੀ ਦਲ ਦੀ ਸਰਕਾਰ ਸੀ, ਬੀਜੇਪੀ ਦੀ ਸਰਕਾਰ ਸੀ, ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਜਾਏਗੀ। ਲਗਾਤਾਰ ਪੰਜਾਬ ਜਿਹੜਾ ਮੀਡੀਆ ਜਿਹੜਾ ਮਾਫੀਆ ਰਾਜ ਹੈਗਾ ਜੀ, ਜਿਹੜਾ ਮਾਫੀਆ ਰਾਜ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਪੈਦਾ ਕੀਤਾ ਪੰਜਾਬ 'ਚ, ਉਹ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਲੁੱਟ ਰਿਹਾ ਹੈਗਾ। ਚਾਹੇ ਉਹ ਪੰਜਾਬ ਦਾ ਤੁਸੀਂ ਸੈਂਡ ਮਾਫੀਆ ਲਾ ਲਓ, ਲੈਂਡ ਮਾਫੀਆ ਲਾ ਲਓ, ਟਰਾਂਸਪੋਰਟ ਮਾਫੀਆ ਲਾ ਲਓ, ਲਿਕਰ ਮਾਫੀਆ ਲਾ ਲਓ, ਬਿਜਲੀ ਮਾਫੀਆ ਲਾ ਲਓ, ਡਰੱਗ ਮਾਫੀਆ ਲਾ ਲਓ, ਇਹ ਸਾਰੇ ਮਾਫੀਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਪੈਦਾ ਕੀਤੇ ਸੀ। ਔਰ ਲਗਾਤਾਰ ਉਹ ਮੀਡੀਆ ਦੀ ਇੰਨੀ ਪਕੜਾ, ਇੰਨਾ ਮਜ਼ਬੂਤ ਜਿਹੜਾ ਮਾਫੀਆ ਹੈਗਾ, ਉਹ ਮਾਫੀਆ ਲਗਾਤਾਰ ਆਪਦਾ ਉਹਦਾ ਜਾਲ ਇੰਨਾ ਵਿਛਾਇਆ ਹੋਇਆ। ਤੁਸੀਂ ਡਰੱਗ ਮਾਫੀਆ ਦੀ ਗੱਲ ਕਰ ਲਓ ਪੰਜਾਬ ਜੀ, ਡਰੱਗ ਮਾਫੀਆ ਜਾਂ ਡਰੱਗ ਤਸਕਰ ਨੇ, ਪੁਲਿਸਮੈਨ ਨੇ ਜਾਂ ਪੋਲੀਟੀਸ਼ੀਅਨ ਨੇ, ਉਹਨਾਂ ਦਾ ਗੱਠਜੋੜ ਬਣਿਆ ਹੋਇਆ, ਉਹ ਐਡੀ ਵੱਡੀ ਪੱਧਰ 'ਤੇ ਪੰਜਾਬ 'ਚ ਨਸ਼ਾ ਵੇਚਿਆ ਜਾ ਰਿਹਾ ਜੀ। ਜਿਹੜਾ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਕਿਹਾ ਸੀਗਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੈਂ 4 ਹਫ਼ਤੇ 'ਚ ਨਸ਼ਾ ਖਤਮ ਕਰ ਦੂੰ, ਅੱਜ ਉਹ ਨਸ਼ਾ ਘਰ ਘਰ ਪਹੁੰਚਾ ਰਹੇ ਨੇ ਕਿ ਸੋ ਅੱਜ ਜਿਹੜਾ ਕੰਮ ਅਕਾਲੀ ਦਲ ਬੀਜੇਪੀ ਵਾਲੇ ਕਰਦੇ ਸੀਗੇ, 10 ਸਾਲ ਉਹਨਾਂ ਨੇ ਮਿਸਰੂਲ ਕੀਤਾ ਪੰਜਾਬ, 10 ਸਾਲ ਉਹਨਾਂ ਨੇ ਪੰਜਾਬ ਨੂੰ ਲੁੱਟਿਆ, ਅੱਜ ਉਹੀ ਕੰਮ ਕੈਪਟਨ ਸਾਹਿਬ ਕਰਨ ਲੱਗ ਗਏ। ਕੋਈ ਵੀ ਪੰਜਾਬ 'ਚ 1% ਵੀ ਤਬਦੀਲੀ ਨਹੀਂ ਆਈ, ਸਿਰਫ ਉਦੋਂ ਕੀ ਹੋਇਆ, ਲੋਕਾਂ ਨੂੰ ਟਰੈਪ ਕਰ ਲਿਆ, ਲੋਕਾਂ ਨੂੰ ਨਾਅਰੇਬਾਜ਼ੀ ਚਲਾ ਲਿਆ, ਕਿਹਾ ਘਰ ਘਰ ਨੌਕਰੀ ਦੇ ਦਿਆਂਗੇ, ਘਰ ਘਰ ਰੁਜ਼ਗਾਰ ਦੇ ਦਿਆਂਗੇ, ਤੁਹਾਡਾ ਪੂਰਾ ਮੁਕੰਮਲ ਕਰਜ਼ਾ ਮਾਫ਼ ਕਰ ਦਿਆਂਗੇ, ਬਿਜਲੀ ਦੇ ਰੇਟ ਘਟਾ ਦਿਆਂਗੇ, ਆਹ ਜਿਹੜੇ ਐਗਰੀਮੈਂਟ ਦੇ ਇਲੈਕਟ੍ਰਿਸਿਟੀ ਦੇ ਉਹ ਸਾਰੇ ਰੱਦ ਕਰ ਦਿਆਂਗੇ। ਪਰ ਹੋਇਆ ਕੀ ਆ, 0 3 ਸਾਲ 30 ਮਹੀਨੇ ਹੋ ਗਏ, 3 ਸਾਲ ਪੂਰੇ ਹੋਣ ਜਾ ਰਹੇ ਨੇਗੇ, ਇਹਨਾਂ 30-31 ਮਹੀਨਿਆਂ ਦੇ ਵਿੱਚ ਕੈਪਟਨ ਸਾਹਿਬ ਨੇ ਡੱਕਾ ਨਹੀਂ ਤੋੜਿਆ ਹੈਗਾ, ਕੋਈ ਕੰਮ ਨਹੀਂ ਕੀਤਾ ਹੈਗਾ, ਸਿਵਾਏ ਮੈਂ ਸਮਝਦਾ ਵੀ ਐਸ਼ੋ ਆਰਾਮ ਦੇ ਉਹਨਾਂ ਕੋਈ ਕੰਮ ਨਹੀਂ ਕੀਤਾ। ਉਸੇ ਤਰ੍ਹਾਂ ਲੁੱਟ ਸੁੱਟ ਪੰਜਾਬ ਦੀ ਜਾਰੀ ਆ, ਉਸੇ ਤਰ੍ਹਾਂ ਕਿਸਾਨ ਆਤਮਹੱਤਿਆਵਾਂ ਕਰ ਰਿਹਾ, ਉਸੇ ਤਰ੍ਹਾਂ ਦਲਿਤ ਆਤਮਹੱਤਿਆਵਾਂ ਕਰ ਰਿਹਾ, ਉਸੇ ਤਰ੍ਹਾਂ ਸਾਡੇ ਬੇਰੁਜ਼ਗਾਰ ਆਤਮਹੱਤਿਆਵਾਂ ਕਰ ਰਹੇ, ਉਸੇ ਤਰ੍ਹਾਂ ਸਾਡਾ ਬ੍ਰੇਨ ਡਰੇਨ ਹੋ ਰਿਹਾ। ਠੀਕ ਹੈ, ਬ੍ਰੇਨ ਡਰੇਨ ਹੋ ਰਿਹਾ। ਅੱਛਾ ਜਿਹੜਾ ਸਟੂਡੈਂਟ ਆ, ਜਿਹੜਾ ਬ੍ਰਿਲੀਅੰਟ ਸਾਡੇ ਸਟੂਡੈਂਟ ਨੇ, ਨੌਜਵਾਨ ਨੇ, ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਨੇ, ਬਹੁਤ ਵੱਡਾ ਪੈਸਾ ਲੈ ਕੇ ਜਾ ਰਹੇ ਨੇ। ਬਹੁਤ ਸਾਰੇ ਇਸ਼ੂਸ ਤੁਸੀਂ ਰੇਜ਼ ਕਰਦੇ ਹੋ, ਬਹੁਤ ਸਾਰੇ ਇਸ਼ੂਸ ਤੁਹਾਡੇ ਦਿਮਾਗ ਵਿੱਚ ਚੱਲ ਵੀ ਰਹੇ ਨੇ। ਆਮ ਆਦਮੀ ਪਾਰਟੀ ਜਦੋਂ ਤੋਂ ਆਈ ਹੈ ਹਕੂਮਤ, ਹਮੇਸ਼ਾ ਉਸ ਤੋਂ ਬਾਅਦ ਤੋਂ ਹੀ ਅਲੱਗ ਅਲੱਗ ਜਿਹੜੇ ਮੁੱਦੇ ਨੇ ਉਹ ਤੁਹਾਡੀ ਜ਼ੁਬਾਨ 'ਤੇ ਛਾਏ ਹੋਏ ਨੇ, ਪਰ ਆਖਿਰ ਆਮ ਆਦਮੀ ਪਾਰਟੀ ਇਹਨਾਂ ਮੁੱਦਿਆਂ ਨੂੰ ਕੀ ਚੁੱਕ ਰਹੀ ਹੈ? ਬਿਲਕੁਲ, ਆਮ ਆਦਮੀ ਪਾਰਟੀ ਹਰੇਕ ਪਲੇਟਫਾਰਮ 'ਤੇ, ਵਿਧਾਨ ਸਭਾ ਦੇ ਅੰਦਰ, ਵਿਧਾਨ ਸਭਾ ਦੇ ਬਾਹਰ, ਲੋਕਾਂ 'ਚ ਜਾ ਕੇ, ਹੁਣ ਅਸੀਂ ਬਿਜਲੀ ਅੰਦੋਲਨ ਸ਼ੁਰੂ ਕੀਤਾ ਹੈ ਪੰਜਾਬ ਦੇ ਵਿੱਚ ਲਗਾਤਾਰ, ਪਿੱਛੇ ਅਸੀਂ ਮਾਨਸਾ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਕਰਕੇ ਆਏਗੇ, ਧਰਨਾ ਦੇ ਕੇ ਆਏਗੇ ਜੀ। ਦੇਖੋ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਸੀ ਧਰਨੇ ਪ੍ਰਦਰਸ਼ਨਾਂ ਨਾਲ ਹੀ ਇਸ ਗੱਲ ਦਾ ਹੱਲ ਨਿਕਲੇਗਾ? ਵਿਧਾਨ ਸਭਾ ਵਿੱਚ ਤੁਹਾਨੂੰ ਤਾਂ ਬੋਲਣ ਦਾ ਮੌਕਾ ਨਹੀਂ ਮਿਲਦਾ। ਦੇਖੋ, ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸੈਸ਼ਨ ਲੰਘਿਆ, 2 ਦਿਨ ਦਾ ਸੈਸ਼ਨ ਸੀ, ਲਗਭਗ 5.5 ਘੰਟੇ ਸੈਸ਼ਨ ਚੱਲਿਆ, ਜਿਹਦੇ ਵਿੱਚੋਂ 2 ਘੰਟੇ ਜਿਹੜੇ ਹੈਗੇ ਨੇ ਕੁਐਸਚਨ ਆਵਰ ਦੇ ਨੇਗੇ, ਫਿਰ 0 ਆਵਰ ਆ, ਫਿਰ ਬਿੱਲ ਨੇਗੇ। ਸੋ 5 ਘੰਟਿਆਂ 'ਚ ਪੰਜਾਬ ਦੇ ਕਿਹੜੇ ਮੁੱਦੇ ਉਠਾਏ ਜਾ ਸਕਦੇ? ਸਿਰਫ ਉਹਨਾਂ ਮੁੱਦੇ ਨੂੰ ਟੱਚ ਕੀਤਾ ਜਾ ਸਕਦਾ, ਮੈਂ ਸਮਝਦਾ ਗਾ, ਸਿਰਫ ਉਹਨਾਂ ਦੀ ਉਂਗਲ ਰੱਖੀ ਜਾ ਸਕਦੀ, ਇਸ ਤੋਂ ਬਿਨਾਂ ਤੁਸੀਂ ਕੁਛ ਨਹੀਂ ਬੋਲ ਸਕਦੇ, ਕਿੰਨਾ ਟਾਈਮ ਉੱਥੇ ਤੁਹਾਡਾ ਜਿਹੜਾ ਵੇਸਟ ਹੋ ਜਾਂਦਾ। ਸੋ ਮੇਰੀ ਸਪੀਕਰ ਸਾਹਿਬ ਤੋਂ ਵੀ ਮੰਗ ਸੀਗੀ, ਪੰਜਾਬ ਸਰਕਾਰ ਤੋਂ ਵੀ ਮੰਗ ਸੀ ਵੀ ਜਿਹੜਾ ਸੈਸ਼ਨ ਆ ਉਹ ਲਾਈਵ ਹੋਵੇ, ਪਹਿਲੀ ਗੱਲ, ਫਸਟ ਆਫ ਆਲ ਤਾਂ ਲਾਈਵ ਹੋਣਾ ਚਾਹੀਦਾ, ਜਿਵੇਂ ਸਾਡੀ ਪਾਰਲੀਮੈਂਟ ਹੁੰਦੀ ਆ, ਲੋਕ ਸਭਾ ਹੁੰਦੀ ਆ, ਰਾਜ ਸਭਾ ਹੁੰਦੀ ਆ, ਦਿੱਲੀ ਅਸੈਂਬਲੀ ਹੁੰਦੀ ਆ, ਕੇਰਲਾ ਹੁੰਦੀ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਦੀਆਂ ਅਸੈਂਬਲੀਆਂ ਨੇਗੀਆਂ ਉਹ ਲਾਈਵ ਹੁੰਦੀਆਂ ਨੇਗੀਆਂ, ਤਾਂ ਕਿ ਉੱਥੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਕਿਹੜੇ ਕਿਹੜੇ ਮਸਲੇ ਉਸ ਵਿਧਾਨ ਸਭਾ 'ਚ ਉਠਾਉਂਦਾ ਗਾ, ਕਿਹੜੇ ਪਾਰਲੀਮੈਂਟ 'ਚ ਉਠਾਉਂਦਾ ਗਾ। ਤੁਸੀਂ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਸਾਰੇ ਪੰਜਾਬ ਦੇ ਮਸਲੇ ਪਾਰਲੀਮੈਂਟ 'ਚ ਉਠਾਉਂਦੇ ਨੇ, ਉਹ ਸਾਨੂੰ ਪਤਾ ਕਿੱਥੋਂ ਲੱਗਦਾ ਗਾ? ਕਿਉਂਕਿ ਉੱਥੇ ਲਾਈਵ ਹੁੰਦਾ ਗਾ। ਜੇ ਪੰਜਾਬ ਦੇ ਮਸਲਿਆਂ ਦਾ ਤਾਂ ਕਿੱਥੋਂ ਪਤਾ ਲੱਗੂ ਜੇਕਰ ਲਾਈਵ ਹੋਊਗਾ? ਪਰ ਮੈਂ ਸਮਝਦਾ ਸਰਕਾਰ ਭੱਜਦੀ ਹੈਗੀ। ਜਦੋਂ ਕਾਂਗਰਸ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀਗੀ, ਜਦੋਂ ਅਕਾਲੀ ਦਲ ਦਾ ਰਾਜ ਸੀਗਾ, ਉਦੋਂ ਹਮੇਸ਼ਾ ਹੀ ਕੈਪਟਨ ਸਾਹਿਬ ਨੇ, ਚਾਹੇ ਜਾਂ ਕੋਈ ਹੋਰ ਇਹਦਾ ਲੀਡਰ ਆਫ ਆਪੋਜੀਸ਼ਨ ਰਿਹਾ ਹੋਵੇ, ਸਭ ਡਿਮਾਂਡ ਕੀ ਸੀ? ਸੈਸ਼ਨ ਲਾਈਵ ਹੋਵੇ ਜੀ, ਸੈਸ਼ਨ 20 ਦਿਨ ਦਾ ਹੋਵੇ ਜੀ, ਸੈਸ਼ਨ ਲੰਬਾ ਹੋਵੇ। ਹੁਣ ਜਦੋਂ ਆਪ ਸੱਤਾ 'ਚ ਆ ਗਏ, ਆਪ ਵੀ ਉਹੀ ਕੰਮ ਕਰਨ ਲੱਗ ਜਿਹੜੇ ਪੰਜਾਬ ਦੇ ਲੋਕ ਹਮੇਸ਼ਾ ਸ਼ਿਕਾਇਤ ਕਰਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਧਰਨੇ ਪ੍ਰਦਰਸ਼ਨ ਵਿੱਚ ਸਭ ਤੋਂ ਅੱਗੇ ਰਹਿੰਦੇ ਨੇ, ਪਰ ਜਦੋਂ ਕੈਮਰਾ ਜਦੋਂ ਸਾਹਮਣੇ ਖੁੱਲਦਾ ਤਾਂ ਵੀ ਸਭ ਤੋਂ ਅੱਗੇ ਬੁਲੰਦ ਆਵਾਜ਼ ਨਾਲ ਬੋਲਦੇ ਨੇ, ਪਰ ਜਦੋਂ ਵਿਧਾਨ ਸਭਾ ਦੀ ਗੱਲ ਆਉਂਦੀ ਹੈ ਤਾਂ ਉੱਥੇ ਉਹ ਚੁੱਪੀ ਵੱਟ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਜਾਂਦਾ, ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੁਲੰਦ ਹੋ ਜਾਂਦੀ ਹੈ ਵਿਧਾਨ ਸਭਾ ਵਿੱਚ, ਕਿਉਂ ਡਰਪੋਕ ਨੇ ਕੀ ਵਿਧਾਇਕ ਆਮ ਆਦਮੀ ਪਾਰਟੀ? ਬਿਲਕੁਲ ਨਹੀਂ, ਬਿਲਕੁਲ ਅਜਿਹੀ ਗੱਲ ਨਹੀਂ। ਇਸ ਵਾਰ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਦੋਂ
ਵੀ ਪੰਜਾਬ ਦੇ ਜਿਹੜੇ ਐਸਸੀ ਐਸਟੀ ਦੇ ਸਕਾਲਰਸ਼ਿਪ ਆ ਜਿਹੜਾ 1200 ਕਰੋੜ ਰੁਪਏ ਦਾ ਘਪਲਾ ਹੋਇਆ ਸੀਗਾ ਅਕਾਲੀ ਦਲ ਬੀਜੇਪੀ ਵੇਲੇ, ਉਹ ਜਦੋਂ ਬੋਲਣ ਲੱਗੇ ਵੀ ਇਹ ਸਰਕਾਰ ਘਪਲੇ ਕਰ ਰਹੀ ਹੈ ਕਾਂਗਰਸ ਪਾਰਟੀ ਦੀ, ਮੈਂ ਸਪੀਕਰ ਸਾਹਿਬ ਨੂੰ ਕਿਹਾ, ਮੈਂ ਸੁਖਬੀਰ ਸਿੰਘ ਬਾਦਲ ਨੂੰ ਬੋਲਣ ਦਾ ਕੀ ਰਾਈਟ ਆ? ਉਹਨੂੰ ਤਾਂ ਕੋਈ ਰਾਈਟ ਹੀ ਨਹੀਂ। ਜਿਸ ਆਦਮੀ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਦਲਿਤਾਂ ਦਾ ਪੈਸਾ ਖਾਧਾ ਜਾ ਰਿਹਾ ਹੋਵੇ, ਅੱਜ ਉਹ ਬਲੇਮ ਕਰਦਾ ਕਾਂਗਰਸ ਨੂੰ। ਕਾਂਗਰਸ ਵੀ ਉਹੀ ਰਾਹ 'ਤੇ ਤੁਰੀ ਹੋਈ ਆ, ਮੈਂ ਕੋਈ ਕਾਂਗਰਸ ਨੂੰ ਪ੍ਰੋਟੈਕਟ ਨਹੀਂ ਕਰ ਰਿਹਾ, ਕਾਂਗਰਸ ਵੀ ਉਸੇ ਰਾਹ 'ਤੇ ਤੁਰੀ ਹੋਈ ਜਿਹੜੀ ਰਾਹ 'ਤੇ ਸੁਖਬੀਰ ਸਿੰਘ ਬਾਦਲ ਨੂੰ। ਤੁਸੀਂ ਸਪੀਕਰ ਨੂੰ ਤੁਸੀਂ ਕਿਹਾ ਕਿ ਜਿਸ ਸਪੀਕਰ ਦੀਆਂ ਤੁਸੀਂ ਆਪ ਸ਼ਿਕਾਇਤਾਂ ਕਰਦੇ ਹੋ ਕਿ ਆਪਣੇ ਉਹ ਆਪਣੇ ਗਲਤ ਜਿਹੜੇ ਪਾਵਰ ਨੇ ਗਲਤ ਇਸਤੇਮਾਲ ਕਰਦੇ ਨੇ। ਬਿਲਕੁਲ, ਤੁਸੀਂ ਮੈਂ ਜਦੋਂ ਪਹਿਲਾਂ ਗੱਲ ਪਿਛਲੀ ਗੱਲ 'ਤੇ ਆਉਣਾ, ਮੈਂ ਸਪੀਕਰ ਸਾਹਿਬ ਨੂੰ ਲਿਖ ਕੇ ਦੇ ਕੇ ਆਇਆ 27 ਤਰੀਕ ਜਦੋਂ ਬਣਾਓ, 24 ਤਰੀਕ ਉਹੀ ਕੰਮ ਕਾਂਗਰਸ ਵਾਲਿਆਂ ਨੇ ਫੜ ਲਿਆ। ਸੋ ਇਹ ਕਿਸੇ ਮੁੱਦੇ ਨੂੰ ਹੱਲ ਨਹੀਂ ਕਰਨਾ ਚਾਹੁੰਦੇ, ਇਹ ਸਾਰੇ ਮੁੱਲਿਆਂ ਨੂੰ ਖੜ੍ਹੇ ਰੱਖਣਾ ਚਾਹੁੰਦੇ ਨੇਗੇ। ਪੰਜਾਬ ਵਿੱਚ SYL ਦਾ ਮੁੱਦਾ ਕਦੋਂ ਚੱਲ ਰਿਹਾ ਹੈ, ਕਿੰਨੇ ਸਮੇਂ ਦਾ ਚੱਲ ਰਿਹਾ ਜੀ? ਤੁਸੀਂ ਦੱਸੋ, ਸੈਂਟਰ ਸਰਕਾਰ ਬੀਜੇਪੀ ਦੀ, ਹਰਿਆਣਾ 'ਚ ਬੀਜੇਪੀ ਦੀ, ਪੰਜਾਬ 'ਚ ਬੀਜੇਪੀ ਕੱਲ੍ਹ ਲੱਗਦੀ, ਸੋ ਉਦੋਂ ਮਸਲਾ ਕਿਉਂ ਨਹੀਂ ਹੱਲ ਹੋਇਆ? ਸੈਂਟਰ 'ਚ ਕਾਂਗਰਸ ਦੀ, ਹਰਿਆਣਾ 'ਚ ਕਾਂਗਰਸ ਦੀ, ਪੰਜਾਬ 'ਚ ਕਾਂਗਰਸ ਦੀ, ਉਦੋਂ ਕਿਉਂ ਨਹੀਂ ਹੱਲ ਹੋਇਆ? ਜਦੋਂ ਤਿੰਨਾਂ ਸਟੇਟ, ਦੋ ਸਟੇਟ, ਇੱਕ ਯੂਨੀਅਨ ਯੂਨੀਅਨ ਜਿਹੜਾ ਆਪਣੀ ਕੈਬਨਿਟ, ਉੱਥੇ ਇੱਕੋ ਪਾਰਟੀ ਦੀ ਸਰਕਾਰ। ਤੁਹਾਨੂੰ ਕੀ ਲੱਗਦਾ ਇੱਕ ਮੁੱਦੇ ਹੱਲ ਕਿਉਂ ਨਹੀਂ ਕੀਤੇ ਜਾ ਰਹੇ? ਕੀ ਲੋਕਾਂ ਨੂੰ ਆਪਣੇ ਵੱਲ ਬਸ ਇੱਕ ਸਿਆਸਤ ਚਮਕਾਉਣ ਦੇ ਲਈ ਮੁੱਦੇ ਹੱਲ ਨਹੀਂ ਕੀਤੇ ਜਾ ਰਹੇ? ਇਹ ਮੁੱਦੇ ਤਾਂ ਹੱਲ ਨਹੀਂ ਕੀਤੇ ਜਾ ਰਹੇ ਤਾਂ ਕਿ ਮੁੱਦੇ ਬਣੇ ਰਹਿਣ, ਲੋਕਾਂ ਨੂੰ ਬਰਗੜਾ ਕੇ, ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਲਈਆਂ ਜਾਣ। ਪੰਜਾਬ ਵਿੱਚ ਸੈਂਡ ਮਾਫੀਆ, ਕਿੱਡਾ ਵੱਡਾ ਸੈਂਡ ਮਾਫੀਆ! ਸੈਂਡ ਮਾਫੀਆ ਨੂੰ ਖਤਮ ਕਰ ਦਿਓ, ਪੰਜਾਬ ਦੀ ਇਕਾਨਮੀ ਅੱਗੇ ਆ ਜੂਗੀ। ਪੰਜਾਬ ਦੇ ਲੀਕਰ ਮਾਫੀਆ ਨੂੰ ਖਤਮ ਕਰ ਦਿਓ, ਪੰਜਾਬ ਦਾ ਜਿਹੜਾ ਰੈਵਨਿਊ ਵੱਧ ਜੂਗਾ, ਪੰਜਾਬ ਦਾ ਜਿਹੜਾ ਟਰਾਂਸਪੋਰਟ ਮਾਫੀਆ। 1992 ਤੋਂ ਬੜੀ ਹੈਰਾਨੀ ਦੀ ਗੱਲ ਆ, 1992 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਈ ਟਰਾਂਸਪੋਰਟ ਦੀ ਪਾਲਿਸੀ ਨਹੀਂ ਹੈਗੀ। ਇਹੀ ਕਾਰਨ ਆ ਕਿ ਬਾਦਲ ਪਰਿਵਾਰ ਜਾਂ ਵੱਡੇ ਵੱਡੇ ਰੋਡ ਟੈਕਸ ਦੀ ਗੱਲ ਆ, ਸੋਚਿਆ ਸਮਝਿਆ ਜਾਲ ਵਿਛਾਇਆ। ਤੁਸੀਂ ਇੰਨਾ ਵੱਡਾ ਇਲਜ਼ਾਮ ਲਗਾਇਆ ਕਿ ਫੇਕ ਕਰੰਸੀ ਦਿੱਤੀ ਜਾਂਦੀ ਆ, ਉਹ ਵੀ ਟੋਲ ਟੈਕਸ ਦੇ ਉੱਤੇ। ਬਿਲਕੁਲ, ਉੱਥੇ ਲੋਕਾਂ ਦਾ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਤੁਸੀਂ ਕੀ ਕਰ ਰਹੇ ਹੋ? ਦੇਖੋ, ਉੱਥੇ ਧਰਨਾ ਲੱਗਿਆ ਜੀ, ਉਸ ਧਰਨੇ 'ਚ ਮੈਂ ਜਾ ਕੇ ਆਇਆ, ਧਰਨੇ 'ਚ ਲੋਕਾਂ ਨੇ ਦੱਸਿਆ ਮੈਨੂੰ ਸਾਰੀਆਂ ਗੱਲਾਂ, ਮੈਂ ਉੱਥੇ ਦੱਸ ਕੇ ਆਇਆਂਗਾ, ਪਰ ਮੈਂ ਪ੍ਰਸ਼ਾਸਨ ਦਾ ਵੀ ਟੇਕ ਅਪ ਕੀਤਾ ਗਿਆ ਇਸ਼ੂ, ਔਰ ਪ੍ਰਸ਼ਾਸਨ ਕਹਿੰਦਾ ਜਾਂਚ ਕਰ ਰਿਹਾ, ਜਾਂਚ ਇਹਦੀ ਲੰਬੀ ਨਹੀਂ ਹੋਣੀ ਚਾਹੀਦੀ। ਚੀਮਾ ਸਾਹਿਬ, ਗੱਲ ਤਾਂ ਉੱਥੇ ਹੀ ਆ ਗਈ ਨਾ ਕਿ ਧਰਨੇ ਪ੍ਰਦਰਸ਼ਨ 'ਚ ਹੋ ਰਿਹਾ, ਲੇਕਿਨ ਜਦੋਂ ਅਸੀਂ ਪ੍ਰਸ਼ਾਸਨਿਕ ਕੰਮਾਂ ਦੀ ਗੱਲ ਕਰਦੇ ਹਾਂ, ਜਦੋਂ ਸਰਕਾਰ ਤੱਕ ਕੰਨਾਂ ਤੱਕ ਪਹੁੰਚਾਉਣ ਦੀ ਗੱਲ ਆਉਂਦੀ ਹੈ, ਉਦੋਂ ਆਮ ਆਦਮੀ ਪਾਰਟੀ ਕੁਛ ਨਹੀਂ ਕਰਦੀ। ਦੇਖੋ, ਗੱਲ ਸੁਣੋ, ਜੇ ਸਰਕਾਰ ਸੁਣੂਗੀ ਨਹੀਂ, ਜੇ ਸਰਕਾਰ ਨੂੰ ਬਾਰ ਬਾਰ ਅਸੀਂ ਲੈਟਰ ਲਿਖਦੇ ਹਾਂ, ਸਰਕਾਰ ਨੂੰ ਅਸੀਂ ਬੋਲ ਕੇ ਆਉਂਦੇ ਹਾਂ, ਦੱਸ ਕੇ ਆਉਂਦੇ, ਸਰਕਾਰ ਕੰਮ ਨਹੀਂ ਕਰੂਗੀ, ਫਿਰ ਸਾਨੂੰ ਧਰਨੇ ਦੇਣੇ ਪੈਣਗੇ, ਪ੍ਰੋਟੈਸਟ ਹੀ ਕਰਨੇ ਪੈਣਗੇ। ਜੇ ਸਰਕਾਰ ਗੁੰਗੀ ਬੋਲੀ ਹੋਊਗੀ ਤਾਂ ਉਹਨੂੰ ਜਗਾਉਣ ਦੇ ਲਈ ਨਾਅਰੇਬਾਜ਼ੀ ਕਰਨੀ ਪਊਗੀ, ਬੈਠਣਾ ਪਊ ਬਾਹਰ 'ਤੇ ਜਾ ਕੇ ਤਾਂ ਜਾਗੂਗੀ। ਜੇਕਰ ਫਿਰ ਵੀ ਨਹੀਂ ਜਾਗਦੀ, ਫਿਰ ਲੋਕਾਂ 'ਚ ਰੋਸ ਪੈਦਾ ਹੋਊਗਾ, ਘੱਟੋ ਘੱਟ ਲੋਕਾਂ ਨੂੰ ਰੋਸ ਪੈਦਾ ਹੋਊ, ਕੋਈ ਸਮਝ ਆਊਗੀ, ਲੋਕ ਉਸ ਸਰਕਾਰ ਨੂੰ ਬਦਲਣਗੇ। ਕਿਉਂਕਿ ਜਦ ਤੱਕ ਇਹ ਕਰਪਟ ਸਰਕਾਰਾਂ ਦੂਰ ਨਹੀਂ ਹੁੰਦੀਆਂ, ਜਦ ਤੱਕ ਪੰਜਾਬ 'ਚ ਕੋਈ ਇਮਾਨਦਾਰ ਸਰਕਾਰ ਨਹੀਂ ਹੁੰਦੀ, ਮੈਂ ਸਮਝਦਾ ਪੰਜਾਬ ਦੇ ਜਿਹੜੇ ਹਜ਼ਾਰਾਂ ਜਿਹੜੇ ਪੈਂਡਿੰਗ ਮਸਲੇ ਨੇ ਇਹ ਹੱਲ ਨਹੀਂ ਹੋ ਸਕਦੇ। ਚਾਹੇ ਪਾਣੀਆਂ ਦਾ ਮਾਮਲਾ ਗਾ, ਤੁਸੀਂ ਦੇਖੋ SYL ਕਰਕੇ ਪੰਜਾਬ ਦਾ ਪਾਣੀ ਬਾਹਰ ਨੂੰ ਜਾਣ ਦੀ ਤਿਆਰੀ ਕਰਾ ਰਹੇ ਨੇ ਜੀ। ਕੈਪਟਨ ਸਾਹਿਬ ਨੇ ਕਿਹਾ ਸੀ ਸਰਬ ਦਲੀਆ ਬੈਠਕ ਹੋਊਗੀ, ਠੀਕ ਹੈ, ਆਲ ਪਾਰਟੀ ਮੀਟਿੰਗ ਹੋਊਗੀ ਪਾਣੀਆਂ ਨੂੰ ਲੈ ਕੇ, ਠੀਕ ਹੈ, 3 ਮਹੀਨੇ ਪਹਿਲਾਂ ਕਿਹਾ ਸੀ, ਹਾਲੇ ਤੱਕ ਕੈਪਟਨ ਸਾਹਿਬ ਤੋਂ 15-20 ਮਿੰਟ ਜਾਂ ਅੱਧਾ ਘੰਟਾ ਜਾਂ 2 ਘੰਟੇ ਦੀ ਮੀਟਿੰਗ ਜਿਹੜੀ ਆ, ਹਜੇ ਤੱਕ ਮੀਟਿੰਗ ਲਈ ਟਾਈਮ ਨਹੀਂ ਕੱਢਿਆ ਗਿਆ ਹੈਗਾ, ਔਰ ਮਾਮਲਾ ਸੁਪਰੀਮ ਕੋਰਟ 'ਚ ਸਿਖਰ 'ਤੇ ਖੜਾ ਗਾ। ਸੁਪਰੀਮ ਕੋਰਟ ਬਾਰ ਬਾਰ ਕਹਿ ਰਹੀ ਹੈ ਵੀ ਜਲਦੀ ਇਹਦਾ ਫੈਸਲਾ ਕਰਾਂਗੇ, ਸੋ ਇੱਥੋਂ ਪਤਾ ਲੱਗਦਾ ਵੀ ਕੈਪਟਨ ਸਾਹਿਬ ਬਿਲਕੁਲ SYL ਨੂੰ SYL ਕੱਢਣ ਦੇ ਹੱਕ 'ਚ ਨੇਗੇ। ਤਵੱਜੋ ਨਹੀਂ ਦੇ ਰਹੇ, ਹਾਂਜੀ ਤਵੱਜੋ ਨਹੀਂ ਦੇ ਰਹੇ, ਬਿਲਕੁਲ। ਇਹ ਬਹੁਤ ਵੱਡਾ ਮਾਮਲਾ ਗਾ, ਜਿਹੜੇ ਵਕੀਲ ਕੀਤੇ ਜਾਂਦੇ ਨੇ ਜਾਂ ਉੱਥੇ ਕੰਪੀਟੈਂਟ, ਮੈਂ ਕਹਿੰਦਾ ਜਿਹੜਾ ਆਰਗੂਮੈਂਟ ਨਹੀਂ ਹੋ ਰਿਹਾ, ਇਹੀ ਕਾਰਨ ਹੈ ਕਿ ਹਰ ਵਾਰ ਜਿਹੜਾ ਪੰਜਾਬ ਨੂੰ ਹਾਰਨਾ ਪੈ ਰਿਹਾ। ਪੰਜਾਬ ਜਦੋਂ ਇੱਕ ਸਪਸ਼ਟ ਗੱਲ ਆ, ਜਦੋਂ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਦੀ ਸੀ, ਪੰਜਾਬ 'ਚ ਕਾਂਗਰਸ ਸੀ, ਹਰਿਆਣਾ 'ਚ ਕਾਂਗਰਸ ਸੀ, ਉਦੋਂ ਬੈਠ ਕੇ ਇੱਕ ਮਾਮਲਾ ਹੱਲ ਕਰ ਲਿਆ ਜਾਂਦਾ। ਜਦੋਂ ਸੈਂਟਰ ਦੇ ਵਿੱਚ ਬੀਜੇਪੀ ਦੀ ਸੀ, ਪੰਜਾਬ 'ਚ ਬੀਜੇਪੀ ਕੱਲ੍ਹ ਸੀ, ਹਰਿਆਣਾ 'ਚ ਬੀਜੇਪੀ ਸੀ, ਸੋ ਉਦੋਂ ਹੱਲ ਕੀਤਾ ਜਾਂਦਾ। ਇੱਥੋਂ ਪਤਾ ਲੱਗਦਾ ਵੀ ਇਹਨਾਂ ਸਿਆਸੀ ਨੇਤਾਵਾਂ ਦੀ ਇੱਛਾ ਹੀ ਨਹੀਂ ਹੈਗੀ, ਇਹ ਮਾਮਲੇ ਨੂੰ ਐਡਰੈਸ ਨਹੀਂ ਕਰਨਾ ਚਾਹੁੰਦੇ, ਇਹ ਮਾਮਲੇ ਨੂੰ ਹੱਲੇ ਨਹੀਂ ਕਰਨਾ ਚਾਹੁੰਦੇ, ਚਾਹੁੰਦੇ ਨੇ ਵੀ ਇਹਦੇ ਵੋਟਾਂ ਲੈ ਜਾਣ। ਸੋ ਜੇ ਤੁਸੀਂ ਦੇਖੋਗੇ, ਜਦੋਂ ਵੋਟਾਂ ਆਉਂਦੀਆਂ ਨੇ, ਜਦੋਂ ਕਦੇ ਚਾਹੇ ਪਾਰਲੀਮੈਂਟ ਦੀ ਇਲੈਕਸ਼ਨ ਆ, ਚਾਹੇ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਆ, ਉਦੋਂ ਲਗਾਤਾਰ ਉਸ ਸਮੇਂ ਜਿਹੜਾ ਮਾਮਲਾ ਕੱਢ ਕੇ ਸਾਹਮਣੇ ਲੈ ਕੇ ਆਉਂਦੇ, ਉਦੋਂ ਬਾਅਦ ਠੰਡੇ ਬਸਤੇ 'ਚ ਪਾ ਦਿੰਦੇ ਨੇਗੇ। ਲਗਾਤਾਰ ਕਿੰਨੀ ਵਾਰ ਅਕਾਲੀ ਦਲ ਵੋਟਾਂ ਲੈ ਗਿਆ, ਲਗਾਤਾਰ ਕਿੰਨੀ ਵਾਰ ਕਾਂਗਰਸ ਵੋਟਾਂ ਲੈ ਗਈ। ਸੋ ਮਾਮਲੇ ਦਾ ਹੱਲ ਹੋਣਾ ਚਾਹੀਦਾ, ਪੈਂਡਿੰਗ ਨਹੀਂ ਰੱਖਿਆ ਜਾਣਾ ਚਾਹੀਦਾ। ਜੇਕਰ ਕੈਪਟਨ ਸਾਹਿਬ ਇਮਾਨਦਾਰ ਨੇ ਤਾਂ ਹੁਣੇ ਸੈਂਟਰ ਨੇ ਇਸ ਮਾਮਲਾ ਜਿਹਾ ਟੇਕਅਪ ਕਰਕੇ ਹੱਲ ਕੱਢਣ। ਜੇਕਰ ਸੁਖਬੀਰ ਸਿੰਘ ਬਾਦਲ ਇਮਾਨਦਾਰ ਨੇ, ਜੇਕਰ ਉਹਨਾਂ ਦੀ ਧਰਮਪਤੀ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਸੈਂਟਰ ਦੇ ਵਜ਼ੀਰ ਨੇ ਇਮਾਨਦਾਰ ਨੇ, ਤਾਂ ਸੈਂਟਰ ਦੇ ਵਜ਼ੀਰ ਨੇ, ਸੈਂਟਰ ਦੇ ਮੋਦੀ ਸਾਹਿਬ ਨੇ ਬੈਠ ਕੇ 10 ਮਿੰਟ ਹੱਲ ਹੋ ਸਕਦਾ ਹੈਗਾ? ਸੋ ਕਰਨਾ ਹੀ ਨਹੀਂ ਚਾਹੁੰਦੇ, ਉਹ ਚਾਹੁੰਦੇ ਨੇ ਮਾਮਲੇ ਖੜੇ ਰਹਿਣ, ਅਸੀਂ ਲੋਕਾਂ ਨੂੰ ਬਰਗੜਾ ਕੇ ਵੋਟਾਂ ਲੈਂਦੇ ਰਹੀਏ। ਤਾਂ ਫਿਰ ਤੁਸੀਂ ਉਹ ਪ੍ਰਦਰਸ਼ਨਾਂ ਦਾ ਸਹਾਰਾ ਲਓਗੇ ਇਸ ਕਰਕੇ? ਬਿਲਕੁਲ ਪੂਰਾ, ਬਿਲਕੁਲ। ਐਸੀ ਕਿਹੜੀ ਸਰਕਾਰ ਹੈ ਜਿਹਦੇ ਖਿਲਾਫ ਪ੍ਰਦਰਸ਼ਨ ਨਹੀਂ ਹੋਏ? ਭਾਵੇਂ ਉਹ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸੀ, ਉਦੋਂ ਵੀ ਪ੍ਰਦਰਸ਼ਨ
ਉਹ ਚਾਹੇ ਉੱਥੇ ਦੇ ਹੈਲਥ ਸੈਕਟਰ ਨੂੰ ਲੈ ਲਓ, ਟੋਟਲ ਜਿਹੜਾ ਹੈਗਾ ਬਦਲ ਪਿਆ। ਇੱਕੋ ਇੱਕ ਸਟੇਟ ਆ ਦਿੱਲੀ ਹਿੰਦੁਸਤਾਨ ਦਾ ਜਿੱਥੇ 200 ਯੂਨਿਟ ਬਿਜਲੀ ਜਿਹੜੀ ਹੈਗੀ ਆ ਹਰੇਕ ਘਰ ਨੂੰ ਮੁਫ਼ਤ ਆ, 200 ਯੂਨਿਟ ਹਰੇਕ ਘਰ ਨੂੰ ਮੁਫ਼ਤ ਆ। ਪੰਜਾਬ ਸਭ ਤੋਂ ਵੱਧ ਰੇਟ ਪੰਜਾਬ 'ਚ ਨੇ, ਠੀਕ ਹੈ, ਪੰਜਾਬ ਬਿਜਲੀ ਪੈਦਾ ਕਰਦਾ, ਸੂਬਾ ਪੰਜਾਬ ਬਿਜਲੀ ਪੈਦਾ ਕਰਦਾ, ਇੱਥੇ ਸਭ ਤੋਂ ਵੱਧ ਰੇਟ। ਜਿਹੜਾ ਸੂਬਾ ਬਾਹਰੋਂ ਖਰੀਦਦਾ ਉਹ 'ਚ ਮੁਫ਼ਤ ਦਿੱਤੀ ਜਾ ਰਹੀ ਆ। ਸਾਡਾ ਵਾਅਦਾ ਸੀ ਪੂਰਾ ਕੀਤਾ ਗਾ, ਐਜੂਕੇਸ਼ਨ ਦਾ, ਮੁਫ਼ਤ ਪਾਣੀ ਦੇਣ ਦਾ। ਸਾਨੂੰ ਪਤਾ ਰੈਵਨਿਊ ਕਿੱਥੋਂ ਜਨਰੇਟ ਕਰਨਾ, ਜਦੋਂ ਸਰਕਾਰ ਇਮਾਨਦਾਰੀ ਦਾ ਕੰਮ ਕਰਦੀ ਆ ਤਾਂ ਉਹਦੇ ਕੋਲ ਪੈਸਾ ਬਹੁਤ ਇਕੱਠਾ ਹੁੰਦਾ। ਜਦੋਂ ਤੁਸੀਂ ਬੇਈਮਾਨੀ ਨਾਲ ਸਰਕਾਰ ਚਲਾਉਣੀ ਹੋ, ਤੁਸੀਂ ਆਪਣੇ ਆਪਦਾ ਪਰਸ ਨਿੱਜੀ ਪੈਸਾ ਤਾਂ ਇਕੱਠਾ ਕਰ ਸਕਦੇ, ਪਰ ਸਰਕਾਰ ਤੁਸੀਂ ਸਹੀ ਢੰਗ ਨਾਲ ਨਹੀਂ ਚਲਾ ਰਹੇ। ਇਹੀ ਕਾਰਨ ਆ ਕਿ ਪੰਜਾਬ ਅੱਜ ਆਰਥਿਕਤਾ ਦੇ ਮੰਦੀ ਦੌਰ 'ਚ ਗੁਜ਼ਰ ਰਿਹਾ। ਠੀਕ ਹੈ, ਲਗਭਗ 2.5 ਲੱਖ ਕਰੋੜ ਰੁਪਈਆ ਪੰਜਾਬ ਸਰਕਾਰ 'ਤੇ ਕਰਜ਼ਾ ਚੜਿਆ ਹੋਇਆ, ਔਰ 1 ਲੱਖ ਕਰੋੜ ਕਿਸਾਨਾਂ 'ਤੇ ਚੜਿਆ ਹੋਇਆ, ਦਲਿਤਾਂ 'ਤੇ, ਮਜ਼ਦੂਰਾਂ 'ਤੇ, ਮੁਲਾਜ਼ਮਾਂ 'ਤੇ, ਵਪਾਰੀਆਂ 'ਤੇ, ਉਹ ਬਹੁਤ ਵੱਡੀ ਲਿਸਟ ਆ। ਮੇਰਾ ਕਹਿਣ ਦਾ ਭਾਵ ਆ, ਪੰਜਾਬ ਜਿਹੜਾ ਹੈਗਾ ਲਗਾਤਾਰ ਕਰਜ਼ੇ 'ਚ ਡੁੱਬ ਰਿਹਾ। ਇਹ ਇਕਨੋਮੀ ਜਿਹੜੀ ਪੰਜਾਬ ਹਜ਼ਾਰੇ ਨੇ ਜਦੋਂ ਮੁਹਿੰਮ ਸ਼ੁਰੂ ਕੀਤੀ ਸੀ ਸਰਕਾਰਾਂ ਦੇ ਖਿਲਾਫ਼, ਤਾਂ ਉਹਨਾਂ ਨੇ ਕੁਛ ਸਿਧਾਂਤ ਬਣਾਏ ਸੀਗੇ। ਉਹਨਾਂ ਸਿਧਾਂਤਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਆਏ, ਮਨੀਸ਼ ਸਿੰਘ ਸਿਸੋਦੀਆ ਵੀ ਆਏ, ਔਰ ਉਸ ਤੋਂ ਇਲਾਵਾ ਹੋਰ ਵੀ ਕਈ ਆਗੂ ਤੁਹਾਡੇ ਆਏ। ਉਸ ਤੋਂ ਬਾਅਦ ਇੱਕ ਪਾਰਟੀ ਕ੍ਰੀਏਟ ਕੀਤੀ ਗਈ, ਆਮ ਆਦਮੀ ਪਾਰਟੀ। ਹੁਣ ਜਦੋਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਪੂਰੀ ਹਕੂਮਤ ਵਿੱਚ ਹੈ, ਤਾਂ ਅੰਨਾ ਹਜ਼ਾਰੇ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਸਿਧਾਂਤਾਂ ਤੋਂ ਪਿੱਛੇ ਹੋ ਰਹੇ ਨੇ, ਕਿਉਂ ਅਜਿਹਾ ਕਹਿ ਰਹੇ ਨੇ ਅੰਨਾ ਹਜ਼ਾਰੇ? ਦੇਖੋ, ਅਜਿਹੀ ਕੋਈ ਗੱਲ ਨਹੀਂ ਹੈਗੀ, ਅਜਿਹੀ ਕੋਈ ਗੱਲ ਨਹੀਂ। ਗੱਲ ਉੱਥੇ ਜਿਹੜੀ ਹੈਗੀ ਆ, ਲੋਕਪਾਲ ਨੂੰ ਬੁਲਾਉਣ ਦੀ ਗੱਲ ਆ। ਲੋਕਪਾਲ ਬਿੱਲ ਪਾਸ ਕਰਕੇ, ਲੋਕਪਾਲ ਬਣਾਉਣ ਦਾ ਬਿੱਲ ਪਾਸ ਕਰਕੇ ਆਮ ਆਦਮੀ ਪਾਰਟੀ ਨੇ ਸੈਂਟਰ ਨੂੰ ਭੇਜਿਆ, ਐਲਜੀ ਨੂੰ ਭੇਜਿਆ, ਲੈਫਟੀਨੈਂਟ ਗਵਰਨਰ। ਲੋਕਪਾਲ ਦੀ ਗੱਲ ਨਹੀਂ, ਇੱਥੇ ਉਹਨਾਂ ਨੇ ਬਹੁਤ ਸਾਰੇ ਸਿਧਾਂਤਾਂ ਦੀ ਗੱਲ ਕੀਤੀ ਕਿ ਸਿਧਾਂਤਾਂ ਤੋਂ ਭਟਕ ਰਹੀ ਹੈ ਪਾਰਟੀ, ਬਿਲਕੁਲ ਨਹੀਂ ਭਟਕ ਰਹੀ। ਜਿਹੜੀਆਂ ਗੱਲਾਂ ਨੂੰ ਲੈ ਕੇ, ਜਿਹੜਾ ਚੋਣ ਮੈਨੀਫੈਸਟੋ ਸੀ, ਜਿਹੜਾ ਚੋਣ ਮੈਨੀਫੈਸਟੋ ਅਸੀਂ ਲੈ ਕੇ ਆਏ ਸੀ, ਉਹ ਚੋਣ ਮੈਨੀਫੈਸਟੋ ਅਸੀਂ 100% ਲਾਗੂ ਕੀਤਾ ਗਾ, 100% ਲਾਗੂ ਆ। ਉੱਥੇ ਤੁਸੀਂ ਦੇਖੋ, ਜਿਹੜੀ ਜਿਹੜੀ ਕੰਪਨੀ ਨੂੰ ਅਸੀਂ ਠੇਕਾ ਦਿੱਤਾ ਉੱਥੇ ਦਿੱਲੀ ਸਰਕਾਰ ਨੇ ਕੈਮਰੇ ਦਾ, CCTV ਲਾਉਣ ਦਾ, ਉਹ ਕੰਪਨੀ ਲੇਟ ਕਰ ਰਹੀ ਸੀ ਜਾਣ ਬੁੱਝ ਕੇ, 16 ਕਰੋੜ ਦਾ ਜੁਰਮਾਨਾ ਠੋਕਿਆ। ਇੱਕੋ ਇੱਕ ਸਰਕਾਰ ਆ ਜਿਹੜੀ ਕਹਿੰਦਾ, ਜਦੋਂ ਐਗਰੀਮੈਂਟ ਕਰਦੀ ਆ ਨਾਲ ਇੱਕ ਵਿੱਚ ਕਲਾਜ ਲਿਖਦੀ ਆ, ਨਾਲ ਇੱਕ ਰੂਲ ਪਾਉਂਦੀ ਆ ਵੀ ਜੇਕਰ ਤੁਸੀਂ ਇਸ ਟਾਈਮ ਦੇ ਵਿੱਚ ਕੰਮ ਨਾ ਕੀਤਾ, ਜੇਕਰ ਤੁਸੀਂ ਇਸ ਤਰ੍ਹਾਂ ਦੀ ਕੁਆਲਿਟੀ ਦੇ ਕੰਮ ਨਾ ਕੀਤਾ ਤਾਂ ਤੁਹਾਨੂੰ ਅਸੀਂ ਜੁਰਮਾਨਾ ਲਾਵਾਂਗੇ। ਦੂਜੀਆਂ ਸਰਕਾਰਾਂ ਕਰਦੀਆਂ ਨੇਗੀਆਂ, ਹਰੇਕ ਐਗਰੀਮੈਂਟ 'ਚ ਕਲਾਜ ਪਾਉਂਦੀਆਂ ਨੇਗੀਆਂ, ਉਹ ਲੇਟ ਕਰੀ ਜਾਂਦੀਆਂ ਨੇਗੀਆਂ। ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ, ਉਦੋਂ ਕੀ ਹੋਇਆ ਸੀਗਾ? ਇਲੈਕਟ੍ਰਿਸਿਟੀ ਨੂੰ ਲੈ ਕੇ ਸਰਪਲਸ, ਜਦੋਂ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੀ ਬਿਜਲੀ ਸਰਪਲਸ ਹੋ ਜੂਗੀ, ਉਦੋਂ ਪ੍ਰਾਈਵੇਟ ਕੰਪਨੀਜ਼ ਦੇ ਨਾਲ PPA ਮੋਡ ਦੇ 3 ਐਗਰੀਮੈਂਟ ਕੀਤੇ ਗਏ, ਠੀਕ ਹੈ, ਵੀ ਬਿਜਲੀ ਖਰੀਦਾਂਗੇ। ਇੰਨੀ ਮਹਿੰਗੀ ਬਿਜਲੀ ਖਰੀਦੀ ਆ ਉਹਨਾਂ ਐਗਰੀਮੈਂਟਾਂ ਤਹਿਤ ਕਿ ਆਉਣ ਵਾਲੇ 25 ਸਾਲ, ਜਿਹੜੇ ਅਗਲੇ 25 ਸਾਲ ਹੋਰ ਆਉਣਗੇ, ਤਾਂ ਉਹਨਾਂ 25 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਹਰ ਇੱਕ ਨਾਗਰਿਕ ਨੂੰ, ਜਿਹੜਾ ਪੈਦਾ ਵੀ ਹੋਊਗਾ ਹਜੇ, ਜਿਹਨੇ ਅੱਜ ਪੈਦਾ ਵੀ ਹੋ ਰਿਹਾ, ਉਹਨੂੰ ਵੀ 70,000 ਕਰੋੜ ਰੁਪਇਆ ਦੇਣਾ ਪਊ। ਯਾਨੀ ਟੋਟਲ 70,000 ਕਰੋੜ ਰੁਪਇਆ ਉਹਨਾਂ ਐਗਰੀਮੈਂਟਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਦੇਣਾ ਪਊਗਾ। ਐਡਾ ਵੱਡਾ ਬੋਝ ਹੈਗਾ ਉਹ ਅਕਾਲੀ ਦਲ BJP ਦੀ ਸਰਕਾਰ ਨੇ ਪੰਜਾਬ 'ਤੇ ਪਾਇਆ। ਔਰ ਵਿਧਾਨ ਸਭਾ ਦੇ ਅੰਦਰ, ਪੰਜਾਬ ਵਿਧਾਨ ਸਭਾ ਦੇ ਅੰਦਰ ਲਾਸਟ ਸੈਸ਼ਨ ਦੇ ਵਿੱਚ ਮੈਂ ਕਾਲ ਅਟੈਂਸ਼ਨ ਮੋਸ਼ਨ ਲਾਈ, ਧਿਆਨ ਦਿਵਾਓ ਮਤਾ, ਜਦੋਂ ਮੈਂ ਪੇਸ਼ ਕੀਤਾ ਤਾਂ ਉਹਦਾ ਜਵਾਬ ਆਇਆ, ਜਵਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤਾ। ਉਹਨਾਂ ਨੇ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੇਕਿਨ ਨਾਲ ਹੀ ਜਿਹੜੇ ਪੁਤਲੇ ਪਿੱਛੇ ਬੈਠੇ ਸੀਗੇ ਰਾਣਾ ਗੁਰਜੀਤ ਜੀ, ਜਿਹੜੇ ਸਾਬਕਾ ਵਜ਼ੀਰ ਨੇ ਪਾਵਰ ਮਹਿਕਮੇ ਦੇ, ਇਲੈਕਟ੍ਰਿਸਿਟੀ ਦੇ ਸਾਬਕਾ ਵਜ਼ੀਰ ਨੇ, ਉਹਨਾਂ ਨੇ ਖੜ੍ਹੇ ਹੋ ਕੇ ਮੰਨਿਆ, ਕਹਿੰਦਾ ਹਰਪਾਲ ਚੀਮਾ ਝੂਠ ਬੋਲ ਰਿਹਾ, ਕਹਿੰਦਾ ਅਸਲੀਅਤ ਇਹ ਆ ਕਿ ਪੰਜਾਬ ਦੇ ਲੋਕਾਂ 'ਤੇ 62,500 ਕਰੋੜ ਦਾ ਬੋਝ ਪਊਗਾ। ਸਰਕਾਰ ਦਾ MLA, ਸਰਕਾਰ ਦਾ ਸਾਬਕਾ ਵਜ਼ੀਰ, ਇੱਕ ਵਿਅਕਤੀ ਜਿਹੜਾ ਹੈ ਜ਼ਿੰਮੇਵਾਰ ਵਿਅਕਤੀ, ਉਹ ਐਡਮਿਟ ਕਰ ਰਿਹਾ ਵਿਧਾਨ ਸਭਾ ਦੀ ਫਲੋਰ 'ਤੇ ਵੀ 62,500 ਕਰੋੜ ਦਾ ਘਾਟਾ ਪਊਗਾ ਪੰਜਾਬ ਨੂੰ। ਯਾਨੀ 62,500 ਕਰੋੜ ਰੁਪਇਆ ਹੋਰ ਦੇਣਾ ਪਊ ਪੰਜਾਬ ਦੇ ਲੋਕਾਂ ਨੂੰ। ਆਮ ਆਦਮੀ ਪਾਰਟੀ ਕਹਿੰਦੇ 70,000 ਕਰੋੜ ਦੇਣਾ ਪਊਗਾ। ਕੈਲਕੂਲੇਸ਼ਨ 'ਚ ਕਿਤੇ ਉਹਨਾਂ 'ਚ ਕਮੀ ਹੋ ਸਕਦੀ ਹੈ ਜੇ ਸਾਡੇ 'ਚ ਹੋ ਸਕਦੀ ਆ, ਪਰ ਐਡਮਿਸ਼ਨ ਹੈਗੀ ਆ ਕਿ ਮੋਰ ਦੈਨ 60,000 ਜਿਹੜਾ ਹੈਗਾ 60,000 ਕਰੋੜ ਤੋਂ ਬਾਅਦ ਦੇਣਾ ਪਊਗਾ। ਫਿਰ ਹੱਲ ਕਿਉਂ ਨਹੀਂ ਕਰਦੇ, ਫਿਰ ਰੱਦ ਕਿਉਂ ਨਹੀਂ ਕਰਦੇ? ਕੈਪਟਨ ਸਾਹਿਬ ਨੇ ਆਪਣੇ ਚੋਣ ਮੈਨੀਫੈਸਟੋ, 129 ਪੇਜ ਦਾ ਚੋਣ ਮੈਨੀਫੈਸਟੋ ਆ ਜੀ, 129 ਪੰਨਿਆਂ ਦੇ ਚੋਣ ਮੈਨੀਫੈਸਟੋ 'ਚ ਲਿਖਿਆ ਗਾ ਕਿ ਜਦੋਂ ਮੇਰੀ ਸਰਕਾਰ ਆਊਗੀ ਤਾਂ ਜਿਹੜੀਆਂ ਐਗਰੀਮੈਂਟ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਰਿਵਾਰ ਕਰਕੇ ਗਿਆ ਗਾ ਕਿ ਆਉਣ ਸਾਰ ਇਹਨਾਂ ਐਗਰੀਮੈਂਟਾਂ ਰੱਦ ਕਰੂੰਗਾ, ਰਿਵਿਊ ਕਰੂੰਗਾ, ਇਹਨਾਂ ਨੂੰ ਸਕ੍ਰੈਪ ਕਰੂੰਗਾ। ਹੁਣ ਕਿਉਂ ਭੁੱਲ ਗਏ, ਹੁਣ ਕਿਉਂ ਚੁੱਪ ਕਰ ਗਏ? ਇੱਥੋਂ ਪਤਾ ਲੱਗਦਾ ਕਿ ਜਿਹੜਾ ਮਾਫੀਆ, ਬਿਜਲੀ ਮਾਫੀਆ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪੈਦਾ ਕੀਤਾ ਸੀਗਾ, ਅਕਾਲੀ ਦਲ ਨੇ ਪੈਦਾ ਕੀਤਾ ਸੀ, ਉਸ ਮਾਫੀਏ ਦੇ ਉੱਤੇ ਅੱਜ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਕਾਬਜ਼ ਹੋ ਗਏ ਨੇ, ਕੈਪਟਨ ਸਾਹਿਬ ਦੇ ਬੰਦੇ ਕਾਬਜ਼ ਹੋ ਗਏ ਨੇ, ਤਾਂ ਹੀ ਜਿਹੜੀ ਇਹਨਾਂ ਦੀ ਇੱਛਾ ਸ਼ਕਤੀ ਖਤਮ ਹੋ ਗਈ, ਤਾਂ ਹੀ ਜਿਹੜਾ ਉਹ ਐਗਰੀਮੈਂਟ ਨਹੀਂ ਖਤਮ ਕਰ ਰਹੇ, ਇਸੇ ਕਰਕੇ ਪੰਜਾਬ ਦੇ ਲੋਕਾਂ ਨੂੰ ਐਡਾ ਵੱਡਾ ਆਰਥਿਕ ਬੋਝ ਚੱਲਣਾ ਪੈ ਰਿਹਾ। ਮੈਂ ਸਮਝਦਾ ਹਰੇਕ ਵਿਅਕਤੀ, ਚਾਹੇ ਉਹ ਜਰਨਲਿਸਟ ਆ, ਚਾਹੇ ਉਹ ਇੰਪਲਾਈ ਆ, ਚਾਹੇ ਉਹ ਪੋਲੀਟੀਸ਼ੀਅਨ ਆ, ਚਾਹੇ ਕੁਛ ਵੀ ਆ, ਉਹ ਜਿਹੜਾ ਪੰਜਾਬ 'ਚ ਰਹਿੰਦਾ ਉਹਨੂੰ ਲਗਭਗ 25 ਸਾਲ 70,000 ਕਰੋੜ ਦੇਣਾ ਪਊਗਾ। ਠੀਕ ਹੈ, ਤੁਸੀਂ ਨਾ ਕਰੋਨਾ ਵਿੱਚ ਗੱਲ ਜ਼ਰੂਰ ਕਰ ਰਹੇ ਹੋ, ਲੇਕਿਨ ਮੇਰਾ ਜਿਹੜਾ ਸਵਾਲ ਸੀ ਨਾ ਉਹ ਪੂਰਾ ਕੁਝ ਘੁਮਾਤਾ। ਮੈਂ ਫਿਰ ਉਸੇ ਸਵਾਲ 'ਤੇ ਆਵਾਂਗਾ ਕਿ ਅੰਨਾ ਹਜ਼ਾਰੇ ਨੇ ਜਿਹੜਾ ਕਿਹਾ ਸੀਗਾ ਕਿ ਸਿਧਾਂਤਾਂ ਤੋਂ ਪਾਰਟੀ ਭਟਕ ਰਹੀ ਹੈ,
ਕੀ ਵਾਕਈ ਭਟਕ ਰਹੀ ਹੈ, ਨਹੀਂ ਭਟਕ ਰਹੀ? ਤੁਸੀਂ ਕਿਹਾ ਨਹੀਂ ਭਟਕ ਰਹੀ। ਤਾਂ ਜਿਹੜੇ VIP ਕਲਚਰ ਦੀ ਗੱਲ, ਅਰਵਿੰਦ ਕੇਜਰੀਵਾਲ ਕਹਿੰਦੇ ਸੀਗੇ ਕਿ ਮੈਂ ਆਮ ਲੋਕਾਂ ਵਿੱਚ ਵਿਚਰਾਂਗਾ, ਆਮ ਲੋਕ ਜਦੋਂ ਮਰਜ਼ੀ ਮੇਰੇ ਦਰਵਾਜ਼ੇ 'ਤੇ ਆ ਸਕਦੇ ਨੇ, ਕੋਈ ਟੈਨਸ਼ਨ ਹੀ ਨਹੀਂ ਹੈ, ਕੋਈ ਗੱਲ ਹੀ ਨਹੀਂ ਹੈ। ਅੱਜ ਉਹੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ 'ਤੇ ਲੋਕ ਬਾਹਰ ਖੜ੍ਹੇ ਰਹਿੰਦੇ ਨੇ, ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਅਜਿਹਾ ਕਿਉਂ? ਦੇਖੋ, ਜੇਕਰ 500 ਵਿਅਕਤੀ ਆ ਗਿਆ ਤਾਂ ਲਾਈਨ 'ਚ ਲੱਗ ਕੇ ਮਿਲਣਾ ਪਊਗਾ ਨਾ। 500 ਵਿਅਕਤੀ ਨੂੰ ਇਕੱਠਿਆਂ ਤਾਂ ਮਿਲਿਆ ਨਹੀਂ ਜਾ ਸਕਦਾ ਜੀ। 500 ਵਿਅਕਤੀ ਨੂੰ ਇਕੱਠਿਆਂ ਨੇ, ਜਾਂ ਤਾਂ ਇਹ ਕਹੋ ਨਾ ਵੀ ਉਹਨਾਂ ਨੇ ਰੈਡ ਲਾਈਟ ਲਾ ਲਈ, ਉਹ ਹੂਟਰ ਮਾਰਦੇ ਜਾਂਦੇ ਨੇ ਲੋਕਾਂ ਨੂੰ ਪਰ ਕੁੱਟਦੇ, ਉਹ ਤਾਂ ਸਿੰਪਲ ਬੈਠੇ ਨੇ। ਮੈਂ ਉਹਨਾਂ ਦੇ ਆਫਿਸ ਜਾਂਦਾਗਾ ਆਪਦੇ ਘਰ 'ਚੋਂ ਸਵੇਰੇ ਲੈ ਕੇ, ਸਵੇਰ ਤੋਂ 2 ਘੰਟੇ ਆਪਦੇ ਆਪ ਘਰ 'ਚ ਮਿਲਦੇ ਨੇਗੇ, ਉਸ ਵਾਰ ਸੈਕਟਰੀਏਟ ਜਾਂਦੇ ਨੇ, ਸੈਕਟਰੀਏਟ ਮਿਲਦੇ ਨੇ, ਦੁਬਾਰਾ ਫਿਰ ਜਿਹੜਾ ਹੈਗਾ ਕਿਸੇ ਨਾ ਕਿਸੇ ਹਲਕੇ ਜਾ ਕੇ ਮਿਲਦੇ ਨੇ, ਫਿਰ ਸ਼ਾਮ ਨੂੰ ਘਰੇ ਮਿਲਦੇ ਨੇ, ਕੋਈ ਮਿਲਣ ਦੀ ਪਾਬੰਦੀ ਨਹੀਂ ਹੈਗੀ। ਸਾਡਾ ਪੰਜਾਬ 'ਚ ਆਫਿਸ ਦੇਖ ਲਓ, ਮੇਰੇ ਆਫਿਸ ਜਿਹੜਾ ਮਰਜ਼ੀ ਓਪਨ ਆ, ਜਿਹੜਾ ਮਰਜ਼ੀ ਆਵੇ, ਦਿੜਵੇ ਮੇਰਾ ਆਫਿਸ ਆ, ਸੰਗਰੂਰ ਆਫਿਸ ਆ, ਭਗਵੰਤ ਮਾਨ ਦਾ ਆਫਿਸ ਆ, ਜਿੰਨੇ ਆਮ ਆਦਮੀ ਪਾਰਟੀ ਦੇ ਆਗੂ ਹੀ ਖੁਦ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਹੀ ਨਹੀਂ ਪਾਉਂਦੇ। ਅਸੀਂ ਜਦੋਂ ਉਹਨਾਂ ਨੂੰ ਜਾ ਕੇ ਸਮਝਾਉਂਦੇ ਹਾਂ ਤਾਂ ਉਹਨਾਂ ਨੂੰ ਉਹ ਚੀਜ਼ ਸਮਝ ਨਹੀਂ ਆਉਂਦੀ। ਬਿਲਕੁਲ ਇਹ ਕੋਈ ਗੱਲ ਨਹੀਂ, ਜਦੋਂ ਮੈਂ ਗਿਆ ਪਿਛਲੀ ਵਾਰ, ਜਦੋਂ ਵੀ ਅਸੀਂ ਜਾਂਦੇ ਹਾਂ ਜਿਹੜਾ ਮਸਲਾ ਸਮਝਾਉਂਦੇ ਹਾਂ ਉਹ ਵਿਦਇਨ 30 ਸੈਕਿੰਡ ਦੇ ਫੈਸਲਾ ਲੈਂਦੇ ਨੇ, 30 ਸੈਕਿੰਡ 'ਚ ਫੈਸਲਾ ਲੈਂਦੇ ਨੇ। ਬਿਲਕੁਲ ਦੁਰੁਸਤ, ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਹਾਂ। ਪੰਜਾਬ 'ਚ ਕੋਰ ਕਮੇਟੀ ਬਣੀ ਹੋਈ ਆ, ਸਾਡੇ ਕੋਰ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਪ੍ਰਿੰਸੀਪਲ ਬੁੱਧਰਾਮ ਜੀ, ਜਿਹੜੇ ਰਿਟਾਇਰਡ ਪ੍ਰਿੰਸੀਪਲ ਨੇ ਔਰ ਬੁੜਲਾਡੇ ਤੋਂ MLA ਨੇਗੇ, ਉਹ ਲਗਾਤਾਰ ਅਸੀਂ ਸਟ੍ਰੈਟਜੀ ਬਣਾਉਣੇ। ਸਾਡੀ ਅਗਲੀ ਮੀਟਿੰਗ ਵੀ ਬੜੀ ਜਲਦੀ ਆ, ਅਸੀਂ ਹਰੇਕ ਮੀਟਿੰਗ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਮੁੱਦੇ ਰਿੜਕਦੇ ਹਾਂ, ਉਹਨਾਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਹੱਲ ਕਰਨ ਦੀ ਗੱਲ ਕਰਦੇ ਹਾਂ, ਫਿਰ ਜੇਕਰ ਸਾਨੂੰ ਸੈਂਟਰ ਦੀ ਲੋੜ ਹੈ ਤਾਂ ਸੈਂਟਰ ਤੋਂ ਵੀ ਅਸੀਂ ਹੈਲਪ ਲੈਂਦੇ ਹਾਂਗੇ। ਸੋ ਅਰਵਿੰਦ ਕੇਜਰੀਵਾਲ ਦੱਸਦੇ ਸਾਨੂੰ ਇਸ ਤਰ੍ਹਾਂ ਨੂੰ, ਇਸ ਮਸਲੇ ਨੂੰ ਇਸ ਤਰ੍ਹਾਂ ਲਓ। ਬਿਜਲੀ ਅੰਦੋਲਨ ਆ, ਬਿਜਲੀ ਅੰਦੋਲਨ ਅਰਵਿੰਦ ਕੇਜਰੀਵਾਲ ਜੀ ਨੇ ਅਨਾਲਿਸਿਸ ਕੀਤਾ ਸਾਡਾ, ਦੱਸਿਆ ਉਹਨਾਂ ਨੇ ਬੇਸਿਸ ਦੇ ਮਸਲੇ 'ਤੇ ਇੱਦਾਂ ਟੈਕਅਪ ਕਰੋ, ਕਰ ਰਹੇ ਹਾਂਗੇ। ਸਮੁੱਚੀ ਲੀਡਰਸ਼ਿਪ ਚਾਹੇ ਪੰਜਾਬ ਦੀ ਆ, ਚਾਹੇ ਦਿੱਲੀ ਦੀ ਆ, ਸੈਂਟਰ ਦੀ ਆ, ਕਿਉਂਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ, ਸੈਂਟਰ ਦੀ ਪਾਰਟੀ ਆ, ਸੋ ਸਾਡਾ ਹੈੱਡਕੁਆਰਟਰ ਦਿੱਲੀ ਰਹੂਗਾ, ਇਹ 'ਚ ਕੋਈ ਸ਼ੱਕ ਨਹੀਂ। ਸਾਰੀਆਂ ਪਾਰਟੀਆਂ ਦਾ ਜਿਹੜੀ ਨੈਸ਼ਨਲ ਪਾਰਟੀ, ਪੰਜਾਬ ਲਈ ਕਿੰਨਾ ਕੁ ਪਿਆਰ ਹੈਗਾ ਅਰਵਿੰਦ ਕੇਜਰੀਵਾਲ ਦੇ ਮਨ ਵਿੱਚ? ਦੇਖੋ, ਅਰਵਿੰਦ ਕੇਜਰੀਵਾਲ ਹਰ ਜਦੋਂ ਟਾਈਮ ਹੁੰਦਾ ਸਮੇਂ ਸਮੇਂ ਸਿਰ ਪੰਜਾਬ 'ਚ ਆਉਂਦੇ ਨੇ, ਪੰਜਾਬ 'ਚ ਆ ਕੇ ਸਾਨੂੰ ਸੇਧ ਵੀ ਦਿੰਦੇ ਨੇ, ਔਰ ਲਗਾਤਾਰ ਮੈਂ ਸਮਝਦਾ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਆ, ਬਹੁਤ ਜ਼ਿਆਦਾ ਚਿੰਤਾ ਗੀ। ਉਹ ਸਮਝਦੇ ਨੇ ਕਿ ਪੰਜਾਬ ਜਿਹੜਾ ਕਿ ਉਹਨਾਂ ਦਾ ਗੁਆਂਢੀ, ਉਹ ਸਾਨੂੰ ਕਈ ਵਾਰ ਗੱਲਾਂ 'ਚ ਦੱਸਦੇ ਨੇ ਵੀ ਮੈਂ ਹਰਿਆਣਾ ਦਾ ਜੰਪਲ, ਤੁਸੀਂ ਪੰਜਾਬ ਦੇ ਜੰਪਲ। ਪਹਿਲਾਂ ਤਾਂ ਪੰਜਾਬ ਇੱਕੋ ਹੀ ਸੀ ਨਾ ਜੀ, ਸਾਡੇ ਪੁਰਖੇ ਤਾਂ ਇੱਕੋ ਹੀ ਸੀ ਨਾ ਜੀ। ਜੇ ਮੇਰੇ ਫਾਦਰ ਲਾ ਲਓ, ਉਹਨਾਂ ਦੇ ਫਾਦਰ ਲਾ ਲਓ, ਜਾਂ ਉਹਨਾਂ ਦੇ ਫੋਰ ਫਾਦਰ ਲਾ ਲਓ, ਉਹ ਤਾਂ ਇੱਕੋ ਪੰਜਾਬ 'ਚ ਜੰਮੇ ਸੀ ਨਾ। ਦਰਦ ਕਿਉਂ ਨਹੀਂ ਹੁੰਦਾ? ਬੇਸ਼ੱਕ ਘਰ ਵੱਡੇ ਪੰਜਾਬ ਦੀ ਦਰਦ ਹੈਗਾ, ਦਰਦ ਬਿਲਕੁਲ ਘਰ ਬੇਸ਼ੱਕ ਵੱਡਾ ਜਾਵੇ ਦੋ ਭਰਾਵਾਂ ਦਾ, ਪਰ ਭਰਾਵਾਂ ਦਾ ਰਿਸ਼ਤਾ ਬਰਕਰਾਰ ਰਹਿੰਦਾ ਹੈਗਾ। ਪੰਜਾਬ ਇਸ ਸਮੇਂ, ਪੰਜਾਬ ਵਿੱਚ ਇਸ ਸਮੇਂ ਤਰ੍ਹਾਂ ਤਰ੍ਹਾਂ ਕਰ ਲੈਣੇ ਰੋਕ, ਕਿਉਂਕਿ ਇਸ ਸਮੇਂ ਬਹੁਤ ਜ਼ਿਆਦਾ ਹੜ੍ਹ ਦੀ ਮਾਰ ਹੇਠ ਆਏ ਨੇ ਲੋਕ, ਲੇਕਿਨ ਇੱਕ ਵਾਰੀ ਵੀ ਸਾਹ ਲੈਣ ਨਹੀਂ ਆਏ ਅਰਵਿੰਦ ਕੇਜਰੀਵਾਲ, ਅਜਿਹਾ ਕਿਉਂ? ਦੇਖੋ, ਪੰਜਾਬ ਦਾ ਇੱਕ ਸੂਬੇ ਦਾ ਮੁੱਖ ਮੰਤਰੀ ਕੌਣ ਆ? ਕੈਪਟਨ ਸਾਹਿਬ ਨੇਗੇ, ਉਹ ਕੈਪਟਨ ਸਾਹਿਬ ਹਵਾਈ ਦੌਰੇ ਕਰ ਰਹੇ ਨੇ। ਦਿੱਲੀ ਦੇ CM ਕੌਣ ਨੇਗੇ? ਅਰਵਿੰਦ ਕੇਜਰੀਵਾਲ ਜੀ। ਉਹ ਦਿੱਲੀ ਦੇ ਲੋਕਾਂ ਨੇ ਜਿੱਥੇ ਉਹਨਾਂ ਨੇ ਰਾਹਤ ਕੈਂਪ ਲਾਏ ਹੋਏ ਨੇਗੇ, ਤੁਸੀਂ ਜਾ ਕੇ ਦੇਖੋ, ਡੇਲੀ ਇੱਕ ਮਿਨਿਸਟਰ ਜਾਂਦਾ ਗਾ, ਡੇਲੀ ਦੂਜੇ ਇੱਕ ਦਿਨ ਛੱਡ ਕੇ CM ਸਾਹਿਬ ਜਾਂਦੇ ਨੇ। ਪੂਰੀ ਰਾਹਤ ਸਰਕਾਰ ਦੇ ਰਹੀ ਹੈ ਦਿੱਲੀ ਦੇ ਵਿੱਚ, ਦਿੱਲੀ ਦੇ ਵਿੱਚ ਕੰਮ ਕਰ ਰਹੇ ਨੇਗੇ ਉਹ। ਪੰਜਾਬ ਜਿਹੜਾ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਹੈ ਨਾ ਹੜ੍ਹਾਂ ਦੇ ਲਈ, ਦਿੱਲੀ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ, ਦਿੱਲੀ 'ਚ ਕੰਮ ਕਰ ਰਹੇ ਨੇਗੇ। ਠੀਕ ਹੈ, ਸੋ ਉਹ ਜਿੱਥੇ ਤੱਕ ਸੀਮਤ ਨੇ, ਉਹਨਾਂ ਕਹਿਣਗੇ ਹਾਂ ਜੇਕਰ ਸਾਡੀ ਪਾਰਟੀ ਸਰਕਾਰ ਹੁੰਦੀ ਪੰਜਾਬ 'ਚ, ਫਿਰ ਤੁਸੀਂ ਸਾਨੂੰ ਬਲੇਮ ਕਰ ਸਕਦੇ ਸੀ। ਹੁਣ ਤਾਂ ਕਾਂਗਰਸ ਪਾਰਟੀ ਨੂੰ ਚਾਹੀਦਾ, ਉਹ ਦੱਸਿਆ ਕਿ ਵੀ ਉਹਨਾਂ ਨੇ ਹੜ੍ਹ ਰੋਕਣ ਦੇ ਲਈ ਕਿੰਨੇ ਜਿਹੜੇ ਹੈਗੇ ਨੇਗੇ ਪੈਸੇ ਰੱਖੇ ਨੇਗੇ। ਮੈਂ ਜਾ ਕੇ ਆਇਆ ਸੀ ਰੂਪਨਗਰ, ਰੂਪਨਗਰ ਜ਼ਿਲ੍ਹੇ 'ਚ ਜਾ ਕੇ ਮੈਂ ਦੇਖਿਆ, ਬੁਦਕੀ ਨਦੀ ਆ ਉੱਥੇ, ਉਹ 'ਚ ਦਰਖਤ ਪੈਦਾ ਹੋਏ ਖੜੇ ਨੇਗੇ, ਉਹਦੇ ਵਿੱਚ ਵੱਡੀ ਸਾਰੀ ਜਿਹੜੀ ਆ ਮਿੱਟੀ ਪੈਦਾ ਹੋਈ ਪਈ ਆ, ਉਹ ਨਦੀ ਉਹ ਸਾਫ਼ ਨਹੀਂ ਹੋਈ ਪਿਛਲੇ ਮੈਨੂੰ ਲਗਭਗ 20 ਸਾਲਾਂ ਤੋਂ ਨਦੀ ਸਾਫ਼ ਨਹੀਂ ਹੋਈ। ਜਿਹੜੀ ਨਦੀ ਸਾਫ਼ ਨਹੀਂ ਹੋਈ ਤਾਂ ਪਾਣੀ ਨੈਚੁਰਲੀ ਉੱਥੇ ਜਾ ਕੇ ਗਰੋਥ ਕਰੂਗਾ, ਤੋੜੂਗਾ। ਠੀਕ ਹੈ, ਤੁਸੀਂ ਵਿਰੋਧੀ ਤੇ ਦਿੰਦੇ ਹੋ, ਤੁਸੀਂ ਜਾਣਾ ਵੀ ਬਣਦਾ ਤੁਹਾਡਾ, ਲੇਕਿਨ ਇੱਕ ਕਨਵੀਨਰ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਤੁਸੀਂ ਵੱਖ ਵੱਖ ਸੂਬਿਆਂ ਵਿੱਚ ਚੋਣਾਂ ਲੜੀਆਂ, ਠੀਕ ਹੈ, ਇੱਕੋ ਸੂਬੇ ਨੇ ਤੁਹਾਨੂੰ ਹੱਲਾਸ਼ੇਰੀ ਦਿੱਤੀ, ਉਹ ਸੀ ਪੰਜਾਬ। ਤੁਸੀਂ ਵੱਖ ਵੱਖ ਥਾਵਾਂ 'ਤੇ ਲੋਕ ਸਭਾ ਇਲੈਕਸ਼ਨਸ ਲੜੀਆਂ, ਸਿਰਫ ਇੱਕੋ ਸੀਟ ਆਈ ਪੂਰੇ ਪੰਜਾਬ ਵਿੱਚ ਸੰਗਰੂਰ ਦੀ। ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਨਵੀਨਰ ਨੂੰ ਆ ਕੇ ਪੰਜਾਬ ਦਾ ਸ਼ੁਕਰੀਆ ਅਦਾ ਵੀ ਕਰਨਾ ਚਾਹੀਦਾ ਸੀਗਾ? ਉਹਨਾਂ ਨੇ ਧੰਨਵਾਦ ਰੈਲੀਆਂ ਕੀਤੀਆਂ, ਠੀਕ ਹੈ, ਲੇਕਿਨ ਜਦੋਂ ਅੱਜ ਲੋੜ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਦੀ ਪਿੱਠ 'ਤੇ ਕੋਈ ਹੱਥ ਮਾਰੇ, ਉਹਨਾਂ ਨੂੰ ਕੋਈ ਹੌਸਲਾ ਦੇਵੇ, ਤਾਂ ਕਨਵੀਨਰ ਸਾਹਿਬ ਆਏ ਨਹੀਂ ਅੱਜ। ਦੇਖੋ, ਸਾਡੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਜੀ, ਉਹ ਲਗਾਤਾਰ ਜਾ ਰਹੇ ਨੇਗੇ। 24 ਤਰੀਕ ਨੂੰ ਉਹਨਾਂ ਨੇ ਮੋਗੇ ਤੋਂ ਲੈ ਕੇ ਹਰੀਕੇ ਪੱਤਣ ਤੱਕ ਦੌਰਾ ਕੀਤਾ, ਮੈਂ ਇੱਧਰਲੇ ਪਾਸੇ ਕੀਤਾ, ਅੱਜ ਫਿਰ ਗਏ ਹੋਏ ਨੇ, ਲਗਾਤਾਰ ਜਾ ਰਹੇ ਹੈਗੇ। ਸਾਡਾ ਪੰਜਾਬ ਦਾ ਕਨਵੀਨਰ ਪੰਜਾਬ ਦੇ ਮਸਲੇ ਅਸੀਂ ਦੇਖਦੇ ਹਾਂ ਇੱਥੇ, ਉਹ ਸੈਂਟਰ ਦੇ ਜਿਹੜੇ ਹੈਗੇ ਨੇ ਕਨਵੀਨਰ, ਉਹਨਾਂ ਨੇ ਦਿੱਲੀ ਦੇਖਣਾ, ਹੋਰ ਦੇਖਣਾਗਾ। ਸੋ ਉਹਨਾਂ ਨੂੰ ਇੱਥੇ ਲੈ ਕੇ ਆਉਣ ਦੀ ਕੋਈ ਲੋੜ ਨਹੀਂ। ਇੱਥੇ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਦੋਸ਼ੀ ਆ, ਪੰਜਾਬ ਸਰਕਾਰ ਦੋਸ਼ੀ ਹੈ, ਨਾ ਕਿ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਨਾ ਕਿ ਪੰਜਾਬ ਦੇ।
ਜ਼ਿੰਮੇਵਾਰੀ ਹੈ ਉਹਨਾਂ ਦੀ, ਉਹ ਬੜੀ ਬਾਖੂਬੀ ਨਿਭਾ ਰਹੇ ਨੇ, ਬੜੀ ਇਮਾਨਦਾਰੀ ਨਾਲ ਨਿਭਾ ਰਹੇ ਨੇ ਕਿ ਦਿੱਲੀ 'ਚ ਬਣੇ ਹੋਏ ਨੇ, ਦਿੱਲੀ 'ਚ ਸਾਰੇ 100% ਕੰਮ ਹੋਏ ਨੇ, ਪੰਜਾਬ 'ਚ ਕੈਪਟਨ ਸਾਹਿਬ ਦੱਸਦੇ ਨੇ ਕਿ ਵੀ ਕੰਮ ਕੀਤਾ ਗਿਆ। ਜਾਂ ਤਾਂ ਤੁਸੀਂ ਲੋਕ ਵੀ ਕੋਈ ਐਡੀ ਵੱਡੀ ਆਫਤ, ਵੱਡੀ ਠੀਕ ਆ ਆਫਤ ਆ ਰਹੀ ਹੈ, ਉਹਦੇ ਲਈ ਅਸੀਂ ਖੜ੍ਹੇ ਹਾਂ, ਆਮ ਆਦਮੀ ਪਾਰਟੀ ਲੋਕਾਂ ਨਾਲ ਖੜ੍ਹੀ ਆ, ਸਾਡੇ ਵਲੰਟੀਅਰ ਜਾ ਰਹੇ ਨੇਗੇ, ਵਲੰਟੀਅਰ ਜਾ ਕੇ ਰਾਹਤ ਕਾਰਜ 'ਚ ਹਿੱਸਾ ਲੈ ਰਹੇ ਨੇਗੇ, ਲਗਾਤਾਰ ਰਾਸ਼ਨ ਵੀ ਵੰਡ ਰਿਹਾ ਸੀ, ਮੈਂ ਅੱਜ ਵੀ 2 ਟਰਾਲੀਆਂ ਭੇਜ ਕੇ ਆ ਕੇ ਲਗਾਤਾਰ ਜਾ ਰਿਹਾ ਸੀ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਤਾਂ ਕਿ ਜਿੰਨੇ ਸਾਡੇ ਭਰਾਵਾਂ ਹੜ੍ਹ ਪੀੜਤ ਹੋਏ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਪਹੁੰਚੇ। ਯਾਨੀ ਕਿ ਵਿਰੋਧੀ ਧਿਰ 'ਚੋਂ ਤਾਂ ਵਿਰੋਧ ਹੀ ਕਰਨਾ, ਲੇਕਿਨ ਜਦੋਂ ਆਪਣੇ 'ਤੇ ਗੱਲ ਆਉਂਦੀ ਹੈ ਤਾਂ ਉਸ 'ਤੇ ਪਰਦਾ ਪਾ ਲੈਣਾ। ਨਹੀਂ ਨਹੀਂ ਵਿਰੋਧ ਨਹੀਂ ਕਰਨਾ, ਵਿਰੋਧ ਨਹੀਂ ਕਰਨਾ, ਰਾਹਤ ਕਾਰਜਾਂ ਦੇ ਵਿੱਚ ਆਮ ਆਦਮੀ ਪਾਰਟੀ ਹਿੱਸਾ ਲੈ ਰਹੀ ਆ ਜੀ, ਜਾ ਰਹੇ ਹਾਂ ਅਸੀਂ, ਅਸੀਂ ਜਿੱਥੇ ਵੀ ਸਾਨੂੰ ਲੋੜ ਹੁੰਦੀ ਹੈ ਅਸੀਂ ਉੱਥੇ ਉਸ ਕੈਂਪ 'ਚ ਸ਼ਾਮਿਲ ਹੁੰਦੇ ਹਾਂ ਜੀ। ਉੱਥੇ ਜਾ ਕੇ ਚਾਹੇ ਸਾਨੂੰ ਕਿਤੇ ਕੋਈ ਰਸਦ ਦੇਣੀ ਹੋਵੇ, ਕਿਤੇ ਕੋਈ ਵਸਤਾਂ ਦੇਣੀਆਂ ਹੋਣ, ਕਿਤੇ ਕੱਪੜੇ ਦੇਣੇ ਹੋਣ, ਜਾਂ ਕੋਈ ਹੋਰ ਚੀਜ਼ ਦੇਣੀ ਹੋਵੇ, ਜਾਂ ਦਵਾਈਆਂ ਦੇਣੀਆਂ ਹੋਣ, ਸਾਡੇ ਸਾਰੇ ਵਲੰਟੀਅਰ ਜਾ ਰਹੇ ਨੇ। ਖੁਦ ਮੈਂ ਵੀ ਪ੍ਰੇਰਿਤ ਕਰ ਦਾਂਗਾ, ਮੇਰੇ ਹਲਕੇ 'ਚ ਵੀ ਬਹੁਤ ਸਾਰੇ ਬੰਦੇ ਜਾ ਰਹੇ ਨੇ, ਸਾਰੇ MLA ਸਾਹਿਬਾਨ ਜਾ ਰਹੇ ਨੇ, ਜਾਂ ਹੋਰ ਜਿੰਨੇ ਵੀ ਲੀਡਰ ਸਾਡੇ ਹੈਗੇ ਨੇ, ਅਸੀਂ ਰਾਹਤ ਕੈਂਪਾਂ ਜਾ ਰਹੇ ਹਾਂ ਤਾਂ ਕਿ ਜਾ ਕੇ ਉੱਥੋਂ ਨੂੰ ਜਿੰਨੀ ਕੀ ਮਦਦ ਹੋ ਸਕਦੀ ਹੈ ਹੋ ਸਕੇ। ਸੰਗਰੂਰ ਜ਼ਿਲ੍ਹੇ ਵਿੱਚ ਤੁਹਾਡਾ ਆਪਣਾ ਜ਼ਿਲ੍ਹਾ ਹੈਗਾ, ਕਿੰਨੀ ਕੁ ਤੁਹਾਨੂੰ ਲੱਗਦਾ ਵਿਕਾਸ ਕਾਰਜ ਹੋਏ ਨੇ ਉਸ ਜ਼ਿਲ੍ਹੇ ਵਿੱਚ? ਦੇਖੋ, ਪੰਜਾਬ ਸਰਕਾਰ ਦੇ ਵੱਲੋਂ ਕੋਈ ਵਿਕਾਸ ਕਾਰਜ ਨਹੀਂ ਹੋਏਗਾ, ਸਿਰਫ ਜੇਕਰ ਕੋਈ ਉੱਥੇ PWD ਦੇ ਮਹਿਕਮੇ ਦੇ ਮਿਨਿਸਟਰ ਵੀ ਉੱਥੇ ਨੇਗੇ ਜੀ, ਐਜੂਕੇਸ਼ਨ ਮਿਨਿਸਟਰ ਵੀ ਉੱਥੇ ਨੇਗੇ, ਟਰਾਂਸਪੋਰਟ ਵੀ ਮਿਨਿਸਟਰ ਉੱਥੇ ਨੇਗੇ, ਕਾਫੀ ਜਿਹੜੇ ਅਹਿਮ ਵਿਅਕਤੀ ਪੰਜਾਬ ਦੇ ਉਹ ਸਰੂਰ ਨਾਲ ਰਿਲੇਟਡ ਨੇਗੇ ਜੀ, ਪਰ ਵਿਕਾਸ ਬਹੁਤ ਘੱਟ ਹੋਏਗਾ ਮੈਂ ਮੰਨਦਾਗਾ, ਕਿਉਂਕਿ ਸਰਕਾਰ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਰੁਖ ਨਹੀਂ ਕਰਦੇ? ਬਿਲਕੁਲ ਇਹ ਗੱਲ ਨਹੀਂ ਹੈ, ਪੂਰੇ ਪੰਜਾਬ 'ਚ ਹੀ ਵਿਕਾਸ ਨਹੀਂ ਹੋਇਆ, ਤੁਸੀਂ ਸਰੂਰ ਦੀ ਪਾਰਟੀਕੁਲਰ ਗੱਲ ਪੁੱਛੀ ਹੈ ਨਾ, ਮੈਂ ਤਾਂ ਜਵਾਬ ਦੇ ਰਿਹਾ, ਪੂਰੇ ਪੰਜਾਬ ਦੱਸੋ ਕੀ ਹੋਇਆਗਾ, ਦੱਸੋ ਕਿਹੜੀ ਇੰਡਸਟਰੀ ਆਈ ਆ ਪੰਜਾਬ, ਕਿਉਂ ਵਿਕਾਸ ਹੋ ਪਾ ਰਿਹਾ, ਕਿਉਂ ਵਿਧਾਇਕ ਨਹੀਂ ਆਵਾਜ਼ ਚੁੱਕ ਪਾ ਰਹੇ ਕਿ ਸਾਡੇ ਜ਼ਿਲ੍ਹੇ ਵਿੱਚ ਵਿਕਾਸ ਹੋਣਾ ਚਾਹੀਦਾ? ਇਹ ਤਾਂ ਤੁਹਾਡੀ ਰਿਸਪੋਨਸਿਬਿਲਿਟੀ ਹੈ ਨਾ ਕਿ ਤੁਸੀਂ ਆਵਾਜ਼ ਚੁੱਕੋ। ਦੇਖੋ, ਸਾਡਾ ਕੰਮ ਆ ਚੌਂਕੀ ਦਾ ਕੰਮ, ਚੌਂਕੀਦਾਰ ਦਾ ਕੰਮ ਆ ਹੋਕਾ ਦੇਣਾ, ਚੌਂਕੀਦਾਰ ਦਾ ਕੰਮ ਆ ਲੋਕਾਂ ਦੀ ਆਵਾਜ਼ ਜੀ, ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ, ਉਹ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ। ਪਰ ਸਰਕਾਰ ਬੇਈਮਾਨ ਸਰਕਾਰ ਆ, ਨਿਕੰਮੀ ਸਰਕਾਰ ਆ ਗਈ, ਨਖਿੱਤ ਸਰਕਾਰ ਆ। MLA ਨੂੰ ਇੱਕ ਬਜਟ ਦਿੱਤਾ ਜਾਂਦਾ ਹੈ, ਉਸ ਬਜਟ ਦੇ ਵਿੱਚ ਹੀ ਤੁਸੀਂ ਆਪਣੇ ਦਾਇਰੇ ਵਿੱਚ ਰਹਿ ਕੇ ਵਿਕਾਸ ਕਾਰਜ ਕਰਾਉਣਾ ਹੁੰਦਾ, ਕੀ ਉਹ ਬਜਟ ਨਹੀਂ ਮਿਲ ਪਾਉਂਦਾ ਤੁਹਾਨੂੰ? ਤੁਹਾਨੂੰ ਸ਼ਾਇਦ ਦੇ ਬਾਰੇ ਨਹੀਂ ਪਤਾ ਹੈਗਾ, ਪੰਜਾਬ ਦੇ ਕਿਸੇ MLA ਕੋਲੇ ਕੋਈ ਫੰਡ ਨਹੀਂ ਹੈਗਾ, ਇਹ ਸਿਰਫ ਦਿੱਲੀ ਸਰਕਾਰ ਆ, ਆਮ ਆਦਮੀ ਪਾਰਟੀ ਜਿੱਥੇ ਸਭ ਤੋਂ ਇੱਕੋ ਇੱਕ ਸਰਕਾਰ ਆ ਦੇਸ਼ ਦੀ, ਜਿਸ 10 ਕਰੋੜ ਰੁਪਈਆ ਹਰੇਕ MLA ਨੂੰ ਹਰੇਕ ਸਾਲ ਮਿਲਦਾ ਕਿ ਤੁਸੀਂ ਨਿੱਜੀ ਡਿਵੈਲਪਮੈਂਟ ਕਰਵਾ ਸਕਦੇ। ਨਿੱਜੀ ਡਿਵੈਲਪਮੈਂਟ ਦਾ ਮਤਲਬ ਆ ਤੁਸੀਂ ਆ ਪਿੰਡ ਦੀਆਂ ਗਲੀਆਂ, 117 MLA ਨੂੰ ਕੋਈ ਫੰਡ ਨਹੀਂ ਮਿਲਦਾ? ਨੋ, ਕਿਸੇ 17 ਨੂੰ, ਸਿਰਫ ਤੇ ਸਿਰਫ ਜੇ ਫੰਡ ਆ ਤਾਂ ਮਿਨਿਸਟਰਾਂ ਦਾ ਫੰਡ ਆ, ਮਿਨਿਸਟਰ ਦਾ ਫੰਡ ਆ, MLA ਦਾ ਕੋਈ ਫੰਡ ਨਹੀਂ ਪੰਜਾਬ 'ਚ। ਪਿਛਲੀ ਵਿਧਾਨ ਸਭਾ ਦੇ ਵਿੱਚ ਸਾਡੇ MLA ਅਮਨ ਅਰੋੜਾ ਜੀ ਨੇ ਇਹ ਬਿੱਲ ਲੈ ਕੇ ਆਏ ਸੀ, ਪ੍ਰਾਈਵੇਟ ਬਿੱਲ, ਅਸੀਂ ਕਿਹਾ ਸੀਗਾ ਵੀ ਜਿਹੜੇ ਪੰਜਾਬ ਦੇ MLA ਸਾਹਿਬਾਨ ਨੇ ਉਹਨਾਂ ਨੂੰ ਵੀ ਕੋਈ ਫੰਡ 1 ਕਰੋੜ 2 ਕਰੋੜ 50 ਲੱਖ 2 ਕਰੋੜ 4 ਕਰੋੜ ਦਿਓ, ਤਾਂ ਕਿ ਅਸੀਂ ਜਿਹੜੀ ਜਿਹੜੀ ਛੋਟੀ ਛੋਟੀਆਂ ਡਿਵੈਲਪਮੈਂਟਸ ਨੇ, ਜਿਵੇਂ ਕਿਸੇ ਸਕੂਲ ਦੇ ਕਮਰੇ ਟੁੱਟ ਗਏ, ਕਿਸੇ ਬੱਚਿਆਂ ਦੇ ਟੋਇਲਟ ਟੁੱਟ ਗਏ, ਜਾਂ ਕਿਸੇ ਬੱਚਿਆਂ ਦੇ ਬੈਠਣ ਲਈ ਬੈਂਚ ਨਹੀਂ ਹੈਗੇ, ਜਾਂ ਕੋਈ ਛੋਟੀ ਲਾਇਬ੍ਰੇਰੀ ਟੁੱਟ ਗਈ, ਜਾਂ ਕੋਈ ਛੋਟਾ ਪੁਲ ਟੁੱਟ ਗਿਆ, ਘੱਟੋ ਘੱਟ ਜਿਹੜਾ 5-4 ਲੱਖ ਰੁਪਏ ਦਾ ਕੰਮ ਆ ਉਹ ਅਸੀਂ ਕਰਵਾ ਸਕਦੇ ਹੋਈਏ, ਪਰ ਲੇਕਿਨ ਕਈ ਵਾਰ ਵਾਅਦਾ ਕਰਕੇ ਕੈਪਟਨ ਸਾਹਿਬ ਮੁੱਕਰ ਜਾਂਦੇ ਨੇ। ਇਹ ਸਾਡੀ ਗੱਲ ਨਹੀਂ, ਇਹ ਸਾਰੇ MLA 'ਤੇ ਲਾਗੂ ਹੋਣੀ ਚਾਹੀਦੀ। ਪਰ ਆਖਿਰ ਕੀ ਕਾਰਨ ਹੈ ਕਿ ਕਿਉਂ ਨਹੀਂ ਫੰਡ ਰਿਲੀਜ਼ ਕੀਤੇ ਜਾ ਰਹੇ? ਸਰਕਾਰ ਹਮੇਸ਼ਾ ਬਹਾਨਾ ਲਾਉਂਦੀ ਹੈ ਪੰਜਾਬ ਦੀਆਂ, ਸਰਕਾਰ ਬਹਾਨਾ ਲਾਉਂਦੀ ਹੈ, ਸਾਡੇ ਕੋਲ ਤਾਂ ਫੰਡ ਨਹੀਂ, ਅਸੀਂ ਤਾਂ ਸਾਡੇ ਕੋਲ ਤਾਂ ਸਾਡੀ ਆਰਥਿਕ ਸਥਿਤੀ ਮਾੜੀ ਆ, ਹਰ ਵਾਰ ਇਹੀ ਕਹਿੰਦੇ ਰਹਿੰਦੇ ਨੇ ਕਿ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੈਗੇ ਨੇ, ਜਦੋਂ ਉਹ ਅਕਾਲੀ ਦਲ ਵਿੱਚ ਵੀ ਸੀ ਉਦੋਂ ਵੀ ਉਹਨਾਂ ਨੂੰ ਪੰਜਾਬ ਇਹ ਸਿੱਧ ਹੋਇਆ ਸੀ ਵੀ ਉਹ ਮਾੜੇ ਜਿਹੜੇ ਹੈਗੇ ਨੇ ਫਾਇਨਾਂਸ ਮਿਨਿਸਟਰ ਨੇ। ਹੁਣ ਵੀ ਇਹੀ ਗੱਲ ਆ ਕਿ ਉਹਨਾਂ ਦਾ ਫਾਇਨਾਂਸ 'ਤੇ ਕੋਈ ਕੰਟਰੋਲ ਨਹੀਂ ਹੋ ਰਿਹਾ, ਉਹਨਾਂ ਤੋਂ ਕੋਈ ਕਾਬੂ ਨਹੀਂ ਆ ਰਿਹਾ, ਕੋਈ ਅੱਛੀਆਂ ਸਕੀਮਾਂ ਜਾਂ ਕੋਈ ਅੱਛਾ ਰੈਵਨਿਊ ਕਿਵੇਂ ਕਲੈਕਟ ਕਰਨਾ ਉਹ ਨਹੀਂ ਆ ਰਿਹਾ, ਕਿਉਂਕਿ ਰੈਵਨਿਊ ਕਲੈਕਟ ਤਾਂ ਹੋਊਗਾ ਜੇਕਰ ਸਾਡੇ ਕੰਮ ਕਰਦੇ ਮਾਫੀਏ ਜਿਹੜੇ ਜਿਹੜੇ ਲੁੱਟ ਦੇ ਸੈਂਟਰ ਨੇ ਉਹ ਬੰਦ ਹੋਣਗੇ। ਲੁੱਟ ਦੇ ਸੈਂਟਰ ਤਾਂ ਬੰਦ ਨਹੀਂ ਹੋਏ ਹੈਗੇ, ਲੁੱਟ ਦੇ ਸੈਂਟਰ ਤਾਂ ਉਸੇ ਤਰ੍ਹਾਂ ਖੁੱਲ੍ਹੇ ਨੇਗੇ, ਲੁੱਟ ਤਾਂ ਉਸੇ ਤਰ੍ਹਾਂ ਜਾ ਰਹੀ ਆ, ਫਿਰ ਖਜ਼ਾਨਾ ਕਿਵੇਂ ਭਰੂਗਾ? ਸੋ ਸਵਾਲ ਜਵਾਬ ਦਾ ਸਿਲਸਿਲਾ ਇੱਥੇ ਲਗਾਤਾਰ ਜਾਰੀ ਰਹੇਗਾ। ਇੱਕ ਛੋਟੇ ਜਿਹੇ ਸਾਨੂੰ ਬ੍ਰੇਕ ਦੇ ਲਈ ਰੁਕਣਾ ਪੈ ਰਿਹਾ, ਬ੍ਰੇਕ ਤੋਂ ਬਾਅਦ ਵੀ ਇਸੇ ਖਾਸ ਪੇਸ਼ਕਸ਼ ਵਿੱਚ ਮੇਰੇ ਨਾਲ ਜੁੜੇ ਰਹਿਣਾ, ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸਾਡੇ ਨਾਲ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਹੀ ਆਗੂ ਅਤੇ ਵਿਧਾਇਕ ਅਤੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਜੀ ਸਾਹਿਬ, ਇੱਕ ਵਾਰ ਫਿਰ ਤੋਂ ਸਵਾਗਤ। ਤੁਹਾਡੇ ਤੋਂ ਹੁਣ ਜਾਣਨਾ ਚਾਹਾਂਗੇ ਕਿ ਆਖਰ ਵਿਧਾਇਕ ਆਮ ਆਦਮੀ ਪਾਰਟੀ ਦੇ ਉਹਨਾਂ ਵਿੱਚ ਇਕਜੁੱਟਤਾ ਕਿਉਂ ਨਹੀਂ ਵਿਖਾਈ ਦੇ ਰਹੀ? ਇਕਜੁੱਟਤਾ ਦਾ ਬਹੁਤ ਵੱਡਾ ਸਵਾਲ ਹਮੇਸ਼ਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਿਰ ਤੇ ਚੜ ਰਿਹਾ। ਦੇਖੋ, ਆਮ ਆਦਮੀ ਪਾਰਟੀ ਬਿਲਕੁਲ ਨਵੀਂ ਪਾਰਟੀ ਆ, ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰੇ ਹੀ ਤਕਰੀਬਨ ਐਕਸੈਪਟ ਇੱਕ ਜਾਂ ਦੋ ਵਿਧਾਇਕਾਂ ਨੂੰ ਛੱਡ ਕੇ ਫਸਟ ਟਾਈਮ ਜਿੱਤੇ ਨੇ, ਫਸਟ ਟਾਈਮਰ ਨੇ। ਕਿਤੇ ਨਾ ਕਿਤੇ ਉਹਨਾਂ ਵਿਧਾਇਕਾਂ ਨੂੰ ਜਿਹੜੇ ਹੈਗੇ ਨੇ ਸਾਡੇ ਜਿਹੜੇ ਸਾਨੂੰ ਛੱਡ ਕੇ ਚਲੇ ਗਏ, ਉਹਨਾਂ ਵਿਧਾਇਕਾਂ ਨੂੰ ਦੂਜੀਆਂ ਪਾਰਟੀਆਂ ਨੇ ਬਰਗਲਾ ਲਿਆ, ਉਹਨਾਂ
ਸੋ ਜਿਹੜੇ ਵਿਧਾਇਕ ਸਾਡੇ ਅੱਜ ਵੀ ਖੜ੍ਹੇ ਨੇ ਪਾਰਟੀ ਸਾਰੇ ਇਕਜੁੱਟ ਨੇਗੇ, ਸਾਰੇ ਹਰੇਕ ਮਸਲੇ ਦੀ ਇਕੱਠੇ ਆਵਾਜ਼ ਉਠਾਉਂਦੇ ਹਾਂ, ਵਿਧਾਨ ਸਭਾ ਹੋਵੇ ਚਾਹੇ ਬਾਹਰ ਹੋਵੇ, ਧਰਨਾ ਪ੍ਰਦਰਸ਼ਨ ਹੋਵੇ, ਰੈਲੀ ਹੋਵੇ, ਮੀਟਿੰਗਸ ਹੋਣ, ਜਾਂ ਅਸੀਂ ਵਿਧਾਨ ਸਭਾ ਦੇ ਅੰਦਰ ਕੋਈ ਗੱਲ ਕਰਨੀ ਹੈ, ਸਾਰੇ ਇਕੱਠੇ ਕਰ ਦਿਆਂਗੇ, ਟਾਈਮ ਐਲੋਕੇਟ ਹੁੰਦਾ ਗਾ, ਵਿਧਾਨ ਸਭਾ ਸੈਸ਼ਨ ਹੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਟਾਈਮ ਬਾਉਂਡ ਦਿੰਦੇ ਹਾਂ ਵੀ ਤੁਸੀਂ 10 ਮਿੰਟ ਬੋਲਣਾ, ਤੁਸੀਂ 5 ਮਿੰਟ ਬੋਲਣਾ, ਹਰ ਐਮ ਐਲ ਏ ਜਿਹੜਾ ਹੈਗਾ ਉੱਥੇ ਗੱਲ ਕਰਦਾ, ਵਿਭਾਗ ਆਪਣੀ ਰਾਏ ਰੱਖਦਾ, ਆਪਣੀ ਗੱਲ ਰੱਖਦਾ ਪੰਜਾਬ ਦੇ ਮੁੱਦਿਆਂ 'ਤੇ। ਤੁਸੀਂ ਕਹਿ ਰਹੇ ਹੋ ਵਰਗਲਾਰ ਦਿੱਤਾ ਜਾਂਦਾ, ਲੇਕਿਨ ਸੁਖਪਾਲ ਸਿੰਘ ਖਹਿਰਾ ਨੂੰ ਕਿਸ ਨੇ ਵਰਗ ਲਾ ਲਿਆ, ਕੰਵਰ ਸੰਧੂ ਨੂੰ ਕਿਸ ਨੇ ਵਰਗ ਲਾ ਲਿਆ, ਐਚ ਐਸ ਫੁਲਕਾ ਨੂੰ ਕਿਸ ਨੇ ਵਰਗ ਲਾ ਲਿਆ, ਇਹਨਾਂ ਨੇ ਪਾਰਟੀ ਛੱਡੀ ਹੈਗੀ ਹੈ ਤਾਂ ਕੁਛ ਬਹੁਤ ਸੋਚ ਵਿਚਾਰ ਕੇ ਛੱਡੀ ਹੈ, ਔਰ ਇਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਵੀ ਲਗਾਏ ਨੇ ਪਾਰਟੀ 'ਤੇ। ਐਚ ਐਸ ਫੁਲਕਾ ਦੀ ਗੱਲ ਕਰੀਏ ਤਾਂ ਐਚ ਐਸ ਫੁਲਕਾ ਨੇ ਜਦੋਂ ਅਸਤੀਫਾ ਦਿੱਤਾ ਸੀਗਾ, ਬਹੁਤ ਸਾਰੇ ਵਿਧਾਇਕਾਂ ਨੂੰ ਉਹਨਾਂ ਦੀ ਹਿਮਾਇਤ ਵਿੱਚ ਖੜ੍ਹੇ ਹੋਣਾ ਚਾਹੀਦਾ ਸੀ, ਲੇਕਿਨ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਕੋਈ ਵੀ ਉਹਨਾਂ ਦੀ ਹਿਮਾਇਤ ਵਿੱਚ ਖੜ੍ਹਾ ਹੁੰਦਾ ਨਜ਼ਰ ਨਹੀਂ ਆਇਆ, ਅਜਿਹਾ ਕਿਉਂ? ਐਚ ਐਸ ਫੂਲਕਾ ਜੀ ਨੇ ਬੜਾ ਸਿੰਪਲ ਰੀਜ਼ਨ ਸੈੱਟ ਕੀਤਾ ਸੀ ਕਿ ਮੈਂ ਪਾਰਟੀ 'ਚ ਨਹੀਂ ਰਹਿਣਾ ਚਾਹੁੰਦਾ, ਮੈਂ ਆਪਣੀ ਜਿਹੜਾ ਹੈਗਾ ਵਿਧਾਇਕਸ਼ਿਪ ਆਲਰੇਡੀ ਅਸਤੀਫਾ ਦੇ ਚੁੱਕਿਆ, ਮੈਂ ਅੱਜ ਪਾਰਟੀ ਵੀ ਛੱਡ ਰਿਹਾ, ਕਿਉਂਕਿ ਮੇਰਾ ਕੰਮ ਘਰ ਆ, ਖਾਸ ਤੌਰ 'ਤੇ 1984 ਦੇ ਰਾਈਟਸ ਦੇ ਜਿਹੜੇ ਕੇਸ ਨੇਗੇ ਉਹ ਪ੍ਰਭਾਵਿਤ ਹੋ ਰਹੇ ਨੇ, ਜਿਹੜੇ 84 ਦੇ ਦੰਗਿਆਂ ਦੇ ਕੇਸ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਸੋ ਮੈਂ ਕੇਸਾਂ ਨੂੰ ਲੜਨ ਦੇ ਲਈ ਇੱਕ ਮੇਰੇ ਕੇਸ ਜਿਹੜੇ ਉਹ ਮੇਰੀ ਜ਼ਿੰਦਗੀ ਨਾਲ ਜੁੜੇ ਹੋਏ ਨੇ, 30-35 ਸਾਲਾਂ ਤੋਂ ਮੈਂ ਜੁੜਿਆ ਹੋਇਆ, ਮੈਂ ਇਸ ਕਰਕੇ ਉਹ ਕੇਸ ਨਹੀਂ ਛੱਡ ਸਕਦਾ, ਤੁਸੀਂ ਮੈਂ ਪਾਰਟੀ ਛੱਡ ਰਿਹਾ, ਕਿਉਂਕਿ ਕਿਤੇ ਨਾ ਕਿਤੇ ਮੈਂ ਸ਼ਿਕਾਰ ਹੋ ਰਿਹਾ ਵੀ ਤੁਸੀਂ ਮੈਂ ਆਮ ਆਦਮੀ ਪਾਰਟੀ ਕਰਕੇ ਮੈਨੂੰ ਜਿਹੜਾ ਇਨਸਾਫ ਲੈਣ 'ਚ ਦਿੱਕਤ ਆ ਰਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਬਰਗਾੜੀ ਦੇ ਮਾਮਲੇ ਵਿੱਚ ਇਨਸਾਫ ਨਹੀਂ ਮਿਲ ਰਿਹਾ, ਇਨਸਾਫ ਦਵਾ ਦਿਓ, ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਥੇ ਕਿਉਂ ਨਹੀਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ? ਤੁਸੀਂ ਮੇਰੀ ਗੱਲ 'ਤੇ ਆਓ ਨਾ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ, ਸੁਖਵਿੰਦਰ ਰੰਧਾਵਾ ਜੀ, ਤ੍ਰਿਪਤ ਬਾਜਵਾ ਜੀ, ਜਾਂ ਹੋਰ ਜਿਹੜੇ ਜਿਹੜੇ ਮੰਤਰੀ ਜਿਹੜੇ ਸੀਨੀਅਰ ਮੰਤਰੀ ਜਿਹੜੇ ਝੋਲੀਆਂ ਅੱਡ ਰਹੇ ਸੀ ਕੈਪਟਨ ਸਾਹਿਬ ਤੋਂ 28 ਤਰੀਕ ਨੂੰ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਪੰਜਾਬ ਨੂੰ ਇਨਸਾਫ਼ ਮਿਲਣਾ ਚਾਹੀਦਾ, ਉਹ ਵਿਧਾਇਕ ਅਸਤੀਫਾ ਦੇਣ, ਉਹ ਮਿਨਿਸਟਰ ਅਸਤੀਫਾ ਦੇਣ ਕੈਪਟਨ ਸਾਹਿਬ ਤੋਂ, ਕਿਉਂਕਿ ਕੈਪਟਨ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ, ਇਹ ਗੱਲ ਮੰਨੀ ਸੀ ਕਿ ਮੈਂ ਬੜਾ ਜਲਦੀ ਜਿਹੜਾ ਹੈਗਾ ਦੋਸ਼ੀਆਂ ਨੂੰ ਜੇਲ੍ਹਾਂ 'ਚ ਭੇਜੂਗਾ, ਪਰ ਅੱਜ ਕੀ ਹਾਲ ਹੋ ਰਿਹਾ, ਕਿਹੜਾ ਦੋਸ਼ੀ ਜੇਲ੍ਹ ਗਿਆ? ਇੱਕ ਵੀ ਦੋਸ਼ੀ ਜੇਲ੍ਹ ਨਹੀਂ ਗਿਆ ਹੈਗਾ, ਸਾਰਿਆਂ ਨੂੰ ਬੜੇ ਤਰੀਕੇ ਦੇ ਨਾਲ ਜਮਾਨਤਾਂ ਦਵਾਤੀਆਂ, ਜਾਂ ਫੜਿਆ ਨਹੀਂ ਜਾ ਰਿਹਾ ਤਰੀਕਿਆਂ ਦਵਾ ਜਮਾਨਤਾਂ ਦਵਾਤੀਆਂ, SIT ਆ ਬੜਾ ਸਲੋ ਕੰਮ ਕਰ ਰਹੀ ਆ, ਇੰਨਾ ਨਹੀਂ ਹੁੰਦਾ ਕਿ 2-3 ਸਾਲ ਜਿਹੜੀਆਂ ਹੈਗੀਆਂ ਨੇਗੀਆਂ ਇਨਵੈਸਟੀਗੇਸ਼ਨਾਂ ਚੱਲੀ ਜਾਣ, ਇਨਵੈਸਟੀਗੇਸ਼ਨ ਲਈ ਟਾਈਮ ਹੁੰਦਾ ਗਾ, ਕਿਸੇ ਵੀ ਕੇਸ ਦੀ ਇਨਵੈਸਟੀਗੇਸ਼ਨ ਜੇਕਰ ਕੋਈ ਵਿਅਕਤੀ ਫੜਿਆ ਹੈਗਾ, ਜੇਕਰ ਉਹ ਵਿਅਕਤੀ ਕੋਈ ਅਰੈਸਟ ਦੇ ਵਿੱਚ, ਉਹਦੀ 30 ਦਿਨ ਹੁੰਦੀ ਹੈ ਜਾਂ 90 ਦਿਨ ਹੁੰਦੀ ਹੈ, 60 ਦਿਨ ਹੁੰਦੀ ਹੈ, ਪਰ ਇੱਥੇ ਤਾਂ ਸਾਲਾਂ ਵੱਧ ਟਾਈਮ ਦੇ ਦਿੱਤਾ ਵੀ ਤੁਸੀਂ ਲੱਗੇ ਰਹੋ, ਅਸੀਂ ਤੁਹਾਨੂੰ ਫੜਨਾ ਹੈ ਨਹੀਂ, ਇੱਥੇ ਸਰਕਾਰ ਬਦਲਦਾ ਦੇਵਾਂਗੇ। ਸੋ ਇਹ ਸਾਰਾ ਕੁਛ ਮੈਂ ਹਮੇਸ਼ਾ ਵਿਧਾਨ ਸਭਾ 'ਚ ਕਿਹਾ ਹੈਗਾ, ਮੈਂ ਕੈਪਟਨ ਸਾਹਿਬ ਤੋਂ ਵੀ ਉਦੋਂ ਮੰਗ ਕੀਤੀ ਵੀ ਕੈਪਟਨ ਸਾਹਿਬ ਇਮਾਨਦਾਰੀ ਦੇ ਨਾਲ SIT ਨੂੰ ਕਹੋ ਵੀ ਇਹ ਜਿਹੜੀ ਜਾਂਚ ਆ, ਤੁਹਾਨੂੰ ਲੱਗਦਾ ਕਿ CBI ਦੀ ਕਲੋਜ਼ਰ ਰਿਪੋਰਟ 'ਤੇ ਕਿਤੇ ਨਾ ਕਿਤੇ ਦਬਾਅ ਸੀਗਾ, ਕਿਉਂਕਿ ਹਰਿਆਣਾ ਵਿੱਚ ਇਲੈਕਸ਼ਨਸ ਹੋਣ ਵਾਲੀਆਂ ਨੇ? ਦੇਖੋ 6/9/18 ਨੂੰ ਪੰਜਾਬ ਸਰਕਾਰ ਦਾ ਕੰਸੈਂਟ ਵਿਦਡਰਾ ਕਰਨ ਦਾ ਜਿਹੜਾ ਨੋਟਿਸ ਆ ਉਹ ਸੈਂਟਰ ਨੂੰ ਚਲਿਆ ਜਾਂਦਾ ਹੈਗਾ, ਜੀ CBI ਨੂੰ ਚਲਿਆ ਜਾਂਦਾ ਵੀ ਅਸੀਂ ਤੁਹਾਡੇ ਕੋਲੋਂ ਜਾਂਚ ਨਹੀਂ ਕਰਾਉਣੀ। ਉਸ ਤੋਂ ਬਾਅਦ ਦੁਬਾਰਾ ਆ ਕੇ ਦੁਬਾਰਾ 9 ਮਹੀਨਿਆਂ ਬਾਅਦ 9 ਮਹੀਨੇ ਲਗਾਤਾਰ CBI 'ਤੇ ਜਾਂਚ ਕਰਦੀ ਰਹਿੰਦੀ ਆ। ਇੱਥੋਂ ਪਤਾ ਲੱਗਦਾ ਕਿ ਸੁਖਵੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਨੇ ਉਹ ਜਿਹੜੀ ਕਲੋਜ਼ਰ ਰਿਪੋਰਟ ਲਿਆਉਂਦੀ ਆ ਉਹਨਾਂ ਨੇ ਖੁਦ ਲੈ ਕੇ ਆਉਂਦੇ ਆ, ਤਾਂ ਕਿ ਉਹਨਾਂ ਦੀ ਬੰਦੇ ਜਿਹੜੇ ਫੜੇ ਗਏ ਨੇ, ਜਾਂ ਉਹਨਾਂ ਨੂੰ ਡਰ ਲੱਗਦਾ ਵੀ ਅਸੀਂ ਫੜੇ ਜਾਵਾਂਗੇ, ਕਿਉਂਕਿ ਦੋਸ਼ੀ ਨੇ ਗਏ ਉਹ ਸਭ, ਸਾਰੇ ਪੰਜਾਬ ਨੂੰ ਪਤਾ ਹੈਗਾ ਵੀ ਅਸੀਂ ਜਦੋਂ ਫੜੇ ਜਾਵਾਂਗੇ ਇਹਦਾ ਬੈਨੀਫਿਟ ਆਫ ਡਾਊਟ ਲਵਾਂਗੇ ਵੀ ਜਿਹੜੀ CBI ਜਿਹੜੀ ਪ੍ਰਾਈਮ ਏਜੰਸੀ ਆ ਦੇਸ਼ ਦੀ ਉਹ ਕਹਿ ਰਹੀ ਹੈ ਵੀ ਦੋਸ਼ੀ ਨਹੀਂ ਹੈਗੇ ਇਹ ਲੋਕ। ਸੋ ਇਸ ਗੱਲ ਕਰਕੇ ਉਹ ਕਲੋਜ਼ਰ ਰਿਪੋਰਟ ਇੱਕ ਗਿਣੀ ਮਿਥੀ ਸਾਜਿਸ਼ ਦੇ ਅਧੀਨ, ਉਹ ਗਿਣੀ ਮਿਥੀ ਚਾਲ ਦੇ ਅਧੀਨ ਸੁਖਵੀਰ ਸਿੰਘ ਬਾਦਲ ਨੇ, ਉਹਨਾਂ ਦੀ ਪਾਰਟੀ ਨੇ ਸੈਂਟਰ 'ਤੇ ਦਬਾਅ ਬਣਾ ਕੇ ਲਿਆਂਦੀ ਆ, ਕਿਉਂਕਿ CBI ਬਾਰੇ ਸਭ ਨੂੰ ਪਤਾ ਵੀ ਸੈਂਟਰ ਸਰਕਾਰ ਦਾ ਤੋਤਾ ਹੈਗਾ, ਜਿਵੇਂ ਸੈਂਟਰ ਸਰਕਾਰ ਚਾਹੁੰਦੀ ਆ ਉਸ ਤਰ੍ਹਾਂ ਦੀ ਰਿਪੋਰਟ ਪੇਸ਼ ਹੋ ਜਾਂਦੀ ਆ। ਸੋ ਰਿਪੋਰਟ ਆਈ ਬਿਲਕੁਲ ਗਲਤ ਆ, ਔਰ ਉਹ ਦੂਜੇ ਪਾਸੇ ਮੈਂ ਸਮਝਦਾ ਵੀ ਕੈਪਟਨ ਸਾਹਿਬ ਦਾ ਬਹੁਤ ਵੱਡਾ ਇੱਕ ਕਸੂਰ ਆ ਕਿ ਉਹਨਾਂ ਨੇ ਸਹੀ ਸਮੇਂ ਦੇ ਉੱਤੇ ਉਹਦੇ ਅਫਸਰਾਂ ਨੇ ਸਹੀ ਸਮੇਂ 'ਤੇ ਕੰਮ ਨਹੀਂ ਕੀਤਾ, ਸਹੀ ਸਮੇਂ 'ਤੇ ਉਹ ਕੇਸ ਪਰਸੂ ਨਹੀਂ ਕੀਤਾ। ਔਰ ਤੁਸੀਂ ਦੇਖੋਗੇ ਇਲੈਕਸ਼ਨ ਦੇ ਦੌਰਾਨ ਇੱਕ ਤਾਂ ਸਿੱਟ ਦਾ ਅਧਿਕਾਰੀ ਕਹਿ ਰਿਹਾ ਵੀ ਅਸੀਂ ਬੜੀ ਜਾਂਚ ਬੜੀ ਤੇਜ਼ੀ ਨਾਲ ਜਾ ਰਹੀ ਹੈ, ਬੜੀ ਜਲਦੀ ਅਸੀਂ ਦੋਸ਼ੀਆਂ ਨੂੰ ਫੜ ਰਹੇ ਹਾਂ। ਸਿੱਟ ਦੇ 3 ਮੈਂਬਰ ਲਿਖ ਰਹੇ ਨੇ, ਸੋਰੀ 4 ਮੈਂਬਰ ਲਿਖ ਰਹੇ ਨੇ ਵੀ ਅਸੀਂ ਸਿੱਟ ਦੇ ਇਸ ਮੈਂਬਰ ਦੇ ਖਿਲਾਫ਼ ਹਾਂ। ਸੋ ਉਹ ਜਾਣ ਬੁੱਝ ਕੇ ਇੱਕ ਚਾਲ ਦੇ ਅਧੀਨ ਐਵੀਡੈਂਸ ਡਿਸਟਰੋਏ ਕਰਨ ਵਾਲੀ, ਐਵੀਡੈਂਸ ਨੂੰ ਤੋੜਨ ਵਾਲੀ ਗੱਲ ਹੁਣ ਹੀ ਹੋ ਰਹੀ ਆ। ਸੋ ਕੈਪਟਨ ਸਾਹਿਬ ਦੀ ਜਿਹੜੀ ਜਿਹੜੇ ਪਕੜ ਆ ਨਾ ਅਫਸਰ ਸਾਹਿਬ ਤੇ ਬਿਲਕੁਲ ਖਤਮ ਹੋ ਚੁੱਕੀ ਆ, ਢਿੱਲੀ ਹੋ ਚੁੱਕੀ ਆ। ਅਫਸਰ ਸਾਹਿਬ ਬੇਲਗਾਮ ਆ, ਜਿਵੇਂ ਜੀ ਕਰਦਾ ਜਿਹੜਾ ਅਜਿਹੀ ਜਾਂਚ ਕਰਦਾ ਕਰੀ ਜਾਂਦਾ ਗਾ। ਸੋ 4 ਅਧਿਕਾਰੀ ਇੱਕ ਪਾਸੇ, 1 ਅਧਿਕਾਰੀ ਇੱਕ ਪਾਸੇ, ਫਿਰ 1 ਅਧਿਕਾਰੀ ਕਹਿੰਦਾ ਦੁਬਾਰਾ CBI ਜਾਂਚ ਕਰੇ। ਮੈਂ ਸਹਿਮਤ ਨਹੀਂ, ਇਹਦਾ ਮਤਲਬ ਵਿਧਾਨ ਸਭਾ ਦੇ ਸਾਹਮਣੇ ਉਹ ਅਫਸਰ ਬਹੁਤ ਵੱਡੇ ਨੇ, ਵਿਧਾਨ ਸਭਾ ਵੱਡੀ ਆ ਜਾਂ ਪੰਜਾਬ ਸਰਕਾਰ ਵੱਡੀ ਆ ਜਾਂ ਉਹ ਅਫਸਰ ਵੱਡੇ ਨੇ ਜਿਹੜੇ ਕਹਿੰਦੇ ਨੇ ਵੀ ਜਾਂਚ ਦੁਬਾਰਾ ਹੋਣੀ ਚਾਹੀਦੀ। ਤੋਂ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਦੀ ਜਿਹੜੀ ਪਕੜ ਆ ਬਹੁਤ ਢਿੱਲੀ ਪੈ ਚੁੱਕੀ ਆ, ਬੜੇ ਕਮਜ਼ੋਰ ਹੋ ਚੁੱਕੇ ਨੇਗੇ ਉਹਨਾਂ ਦਾ ਹੁਣ ਕੋਈ ਫੈਸਲੇ ਲੈਣ ਦੀ ਉਹਨਾਂ 'ਚ
ਕਵਰ ਸੰਧੂ, ਸੁਖਪਾਲ ਸਿੰਘ ਖਹਿਰਾ ਅੱਜ ਵੀ ਪਾਰਟੀ ਵਿੱਚ ਹੁੰਦੇ? ਦੇਖੋ ਜਿਹੜੇ ਮੌਕਾ ਪ੍ਰਸਤ ਲੋਕ ਨੇ, ਜਿਹੜੇ ਮੌਕਾ ਪ੍ਰਸਤ, ਸਭ ਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਜਾਂ ਜਿਹੜੇ ਹੋਰ ਵੀ ਦੋ ਤਿੰਨ ਵਿਅਕਤੀ ਹੈਗੇ ਨੇ, ਉਹ ਸਿਰੇ ਦੇ ਮੌਕਾ ਪ੍ਰਸਤ ਨੇ। ਉਹਨਾਂ ਨੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਪਹਿਲਾਂ ਹੀ ਲੱਗ ਚੁੱਕੇ ਸੀਗੇ। ਉਹ ਤਾਂ ਸਾਲ ਪਹਿਲਾਂ ਤੋਂ ਲੱਗੇ ਹੋਏ ਸੀ, ਪਾਰਟੀ ਨੂੰ ਤੋੜਨ ਦੇ ਲਗਾਤਾਰ ਅੰਦਰ ਖਾਤੇ ਨੂੰ ਕੋਸ਼ਿਸ਼ਾਂ ਜਾਰੀ ਸੀਗੀਆਂ। ਸੋ ਹੁਣ ਪੰਜਾਬ ਦੇ ਲੋਕਾਂ ਨੇ ਸਭ ਕੁਝ ਸਿਖਾਤਾ ਉਹਨਾਂ ਨੂੰ, ਬਠਿੰਡੇ 'ਚ ਪਤਾ ਲੱਗਿਆ ਉਹਨਾਂ ਨੂੰ ਵੀ ਉਹ ਕਿਹੜੇ ਪਾਣੀ 'ਚ ਨੇਗੇ, ਹੁਣ ਉਹ ਕਿਹੜੇ ਮੂੰਹ ਨਾਲ ਤੁਰੇ ਫਿਰਦੇ ਨੇਗੇ। ਜਿਹੜੀਆਂ ਗੱਲਾਂ ਉਹ ਕਹਿੰਦੇ ਸੀ, ਭਾ ਆਮ ਆਦਮੀ ਪਾਰਟੀ ਅੱਜ ਵੀ ਉੱਥੇ ਸਟੈਂਡ ਕਰਦੀ ਹੈ, ਆਮ ਆਦਮੀ ਪਾਰਟੀ ਜਿੱਤੀ ਆ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਿੱਤੇ ਨੇਗੇ, ਆਮ ਆਦਮੀ ਪਾਰਟੀ ਨੇ ਬਠਿੰਡਾ 'ਚ ਕਿਤੇ ਅੱਛਾ ਪ੍ਰਦਰਸ਼ਨ ਕੀਤਾ ਗਾ, ਆਮ ਆਦਮੀ ਪਾਰਟੀ ਨੇ ਫਰੀਦਕੋਟ 'ਚ ਫਿਰ ਉਦੋਂ ਜਿੱਤੀ ਹੈ ਨਾ ਜਦੋਂ ਇਹ ਸਾਰੇ ਆਗੂ ਇਸੇ ਪਾਰਟੀ ਦੇ ਮੈਂਬਰ ਸੀ। ਨਹੀਂ ਨਹੀਂ ਇਸ ਪਾਰਟੀ ਦੇ ਮੈਂਬਰ ਤਾਂ ਪਹਿਲਾਂ ਛੱਡ ਚੁੱਕੇ ਨੇਗੇ। ਆਮ ਆਦਮੀ ਪਾਰਟੀ ਭਗਵੰਤ ਮਾਨ ਜੀ 2019 ਜਿੱਤੇ ਨੇਗੇ, ਉਹ ਤਾਂ ਲੋਕ ਉਦੋਂ ਪਹਿਲਾਂ ਛੱਡ ਚੁੱਕੇ ਸੀਗੇ, ਸੋ ਉਹਨਾਂ ਕਰਕੇ ਜਿੱਤੇ। ਉਹਨਾਂ ਨੇ ਆਪਣੀ ਪਾਰਟੀ 2017 ਦੀ ਗੱਲ ਕਰ ਰਹੇ, 2017 ਦੀ ਗੱਲ ਕਰ ਰਹੇ, 2019 ਤੱਕ ਤਾਂ ਮੈਂ ਆਏ ਨਹੀਂ ਹਾਲੇ। 2017 ਦੀ ਗੱਲ ਕਰ ਰਹੇ ਕਿ 2017 ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਇੱਕ ਬਹੁਮਤ ਨਾਲ ਜਿੱਤੀ ਸੀਗੀ, ਵੋਟ ਜਿੱਤੀ ਸੀ ਕਾਂਗਰਸ ਤੋਂ ਬਾਅਦ, ਦੂਜੇ ਨੰਬਰ 'ਤੇ ਤੁਸੀਂ ਹੋਏ ਸੀਗੇ, ਤੀਜੇ ਨੰਬਰ 'ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਸੀਗੀ, ਤਾਂ ਦੂਜੇ ਨੰਬਰ 'ਤੇ ਜਦੋਂ ਆਮ ਆਦਮੀ ਪਾਰਟੀ ਆਈ ਵਿਧਾਨ ਸਭਾ ਚੋਣਾਂ ਵਿੱਚ, ਤਾਂ ਉਦੋਂ ਇਹ ਸਾਰੇ ਮੈਂਬਰ ਤੁਹਾਡੇ ਨਾਲ ਜੁੜੇ ਹੋਏ ਸੀਗੇ, ਅੱਜ ਜੋ ਕਿ ਤੁਹਾਡੇ ਤੋਂ ਵੱਖਰੇ ਨੇ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵੱਖਰੇ ਤੋਂ ਬਾਅਦ ਵੀ, ਵੱਖਰੇਵੇਂ ਤੋਂ ਬਾਅਦ ਵੀ ਅੱਜ ਪਾਰਟੀ ਉਸੇ ਮਜ਼ਬੂਤੀ ਨਾਲ ਚੱਲ ਰਹੀ ਹੈ? ਬਿਲਕੁਲ ਬਿਲਕੁਲ, ਪਾਰਟੀ ਮਜ਼ਬੂਤ ਆ, ਪਾਰਟੀ ਨੇ ਅੱਛਾ ਪ੍ਰਦਰਸ਼ਨ ਕੀਤਾ, ਬੇਸ਼ੱਕ ਪਹਿਲਾਂ ਨਾਲੋਂ ਥੋੜ੍ਹਾ ਕਿਤੇ ਘੱਟ ਆਇਆ, ਕਮੀ ਜ਼ਰੂਰ ਆਈ ਆ, ਪਰ ਲੇਕਿਨ ਅਸੀਂ ਬੜੀ ਜਲਦੀ ਇਹਨਾਂ ਗੱਲਾਂ ਸੁਧਾਰ ਕੇ ਦੁਬਾਰਾ ਪ੍ਰਦਰਸ਼ਨ ਨੂੰ ਫਿਰ ਠੀਕ ਕਰਾਂਗੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 2017 ਦੇ ਵਿੱਚ ਫਸਟ ਟਾਈਮ ਇਲੈਕਸ਼ਨ ਲੜੀ ਆ ਜੀ, 2017 ਦੇ ਵਿੱਚ ਪਹਿਲੀ ਵਾਰ ਡੈਬਿਊ ਕੀਤਾ, ਔਰ 20 ਜਿਹੜੇ ਹੈਗੇ ਨੇ MLA ਜਿੱਤ ਕੇ ਆਏ ਨੇ। ਬੇਸ਼ੱਕ ਦੋ ਜਿਹੜੇ ਲੋਕ ਇਨਸਾਫ ਪਾਰਟੀ ਵੱਲੋਂ ਆਏ ਨੇ ਉਹਨਾਂ ਦੀ ਸਾਡੀ ਹਮਾਇਤ ਸੀਗੀ, 22 ਜਿੱਤ ਕੇ ਆਏ ਨੇਗੇ। ਸੋ 22 ਵਿਧਾਇਕ ਫਸਟ ਟਾਈਮ ਜਿਹੜਾ ਹੈਗਾ ਪੰਜਾਬ ਦੀ ਹਿਸਟਰੀ 'ਚ, ਅੱਜ ਤੱਕ ਦੀ ਹਿਸਟਰੀ 'ਚ ਕਦੇ ਵੀ ਜਿੱਤੇ ਉਹਨੂੰ ਨਹੀਂ ਮਿਲੇ ਹੈਗੇ। ਪਹਿਲੀ ਵਾਰ ਲੋਕ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਨੀਤੀਆਂ ਨੂੰ ਦੇਖ ਕੇ ਆਏ ਨੇ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਸਕੂਲ ਠੀਕ ਕਰ ਰਹੇ ਨੇ, ਐਜੂਕੇਸ਼ਨ ਸੁਧਾਰ ਲੈ ਕੇ ਆ ਰਹੇ ਨੇ, ਹੈਲਥ ਸੈਕਟਰ ਸੁਧਾਰ ਲੈ ਕੇ ਆ ਰਹੇ ਨੇਗੇ, ਇਲੈਕਟ੍ਰਿਸਿਟੀ ਖੇਤਰ ਸੁਧਾਰ ਲੈ ਕੇ ਆ ਰਹੇ ਨੇ, ਬੇਸਿਕ ਜਿਹੜਾ ਇਨਫਰਾਸਟ੍ਰਕਚਰ ਸੁਧਾਰ ਲੈ ਕੇ ਆ ਰਹੇ ਨੇ, ਟਰਾਂਸਪੋਰਟ ਸੈਕਟਰ 'ਚ ਸੁਧਾਰ ਲੈ ਕੇ ਆ ਰਹੇ ਨੇ। ਸੋ ਹਰੇਕ ਸੈਕਟਰ 'ਚ ਅਰਵਿੰਦ ਕੇਜਰੀਵਾਲ ਨੇ ਸੁਧਾਰ ਲੈ ਕੇ ਆਉਂਦਾ, ਔਰ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ, ਪੰਜਾਬ ਦੇ ਲੋਕਾਂ ਨੇ ਬਿਲਕੁਲ ਮਾਨਤਾ ਦਿੱਤਾ ਔਰ ਬਿਲਕੁਲ ਉਹਨਾਂ ਨੂੰ ਐਕਸੈਪਟ ਕੀਤਾ। ਔਰ ਮੈਂ ਦਾਅਵੇ ਨਾਲ ਕਹਿਣਾ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਮੁੜ ਸੱਤਾ 'ਚ, ਦੁਬਾਰਾ ਪਹਿਲੀ ਵਾਰ ਸੱਤਾ 'ਚ ਆਊਗੀ, ਔਰ ਪੰਜਾਬ ਦੇ ਜਿੰਨੇ ਵੀ ਜਿਹੜੇ ਹੈਗੇ ਨੇਗੇ, ਜਿੰਨੀਆਂ ਵੀ ਅਲਾਮਤਾਂ ਪੰਜਾਬ ਨੂੰ ਲੱਗ ਚੁੱਕੀਆਂ ਨੇ, ਜਿੰਨੇ ਵੀ ਰੋਗ ਪੰਜਾਬ ਨੂੰ ਲੱਗ ਚੁੱਕੇ ਨੇ, ਸਾਰੇ ਰੋਗਾਂ ਨੂੰ ਦੂਰ ਕਰਕੇ ਪੰਜਾਬ ਨੂੰ ਚੁਸਤ ਦਰੁਸਤ ਅਤੇ ਨਵਾਂ ਪੰਜਾਬ ਬਣਾਵਾਂਗੇ। ਹਰਪਾਲ ਸਿੰਘ ਚੀਮਾ ਜੀ, ਦਲਿਤ ਕਾਰਡ ਕਿਉਂ ਖੇਡਿਆ ਜਾਂਦਾ ਕਿਸੇ ਵੀ ਪਾਰਟੀ ਵੱਲੋਂ? ਕੀ ਸਿਆਸਤ ਵਿੱਚ ਇੱਕ ਨਵਾਂ ਉਛਾਲ ਆ ਜਾਂਦਾ ਦਲਿਤ ਕਾਰਡ ਖੇਡਣ ਨਾਲ? ਦੇਖੋ ਪੰਜਾਬ ਵਿੱਚ 34% ਵਸੋਂ ਜਿਹੜੀ ਹੈਗੀ, ਲਗਭਗ 34% ਪਾਪੂਲੇਸ਼ਨ ਉਹ SC ST ਦੀ ਪਾਪੂਲੇਸ਼ਨ ਆ। ਸਾਰੀਆਂ ਪਾਰਟੀਆਂ ਹੈਗੀਆਂ ਨੇਗੀਆਂ ਆਪਣੇ ਦਲਿਤ ਚਿਹਰੇ ਵੀ ਉਭਾਰਦੀਆਂ ਨੇ, ਜਨਰਲ ਚਿਹਰੇ ਵੀ ਉੱਭਰਦੇ ਨੇ। ਇਹ ਪਾਰਟੀਆਂ ਦਾ ਇੱਕ ਸਿਸਟਮ ਆ, ਹਰੇਕ ਪਾਰਟੀ ਚਾਹੁੰਦੀ ਹੈ ਕਿ ਸਾਰੇ ਬਰਾਬਰ ਦੇ ਵਰਗਾਂ 'ਚ ਲੀਡਰ ਪੈਦਾ ਹੋਣ, ਸਾਰੇ ਵਰਗਾਂ ਦੇ ਲੀਡਰ ਪੈਦਾ ਹੋਣ। ਅਸੀਂ ਸਾਰੇ ਵਰਗਾਂ ਦੇ ਲੀਡਰ ਪੈਦਾ ਕਰ ਰਹੇ ਹਾਂ, ਸਾਰੇ ਵਰਗਾਂ ਦੇ ਲੀਡਰ ਸਾਡੇ ਜਿਹੜੇ ਹੈਗੇ ਨੇ ਉੱਪਰ ਉੱਠ ਰਹੇ ਨੇ। ਕੋਈ ਇਹ ਹੈ ਜੀ ਕੋਈ ਵਿਸ਼ੇਸ਼ ਗੱਲ ਕੀਤੀ ਜਾ ਰਹੀ ਆ, ਪਰ ਪੰਜਾਬ ਵਿੱਚ ਬਹੁ ਗਿਣਤੀ ਦਲਿਤ ਭਰਾਵਾਂ ਦੀ ਇਸ ਗੱਲ ਨੂੰ ਲੈ ਕੇ ਪਾਰਟੀ ਵਿੱਚ ਚਿੰਤਤ ਨਹੀਂ ਕਿਤੇ ਨਾ ਕਿਤੇ, ਕਿਉਂਕਿ ਐਜੂਕੇਸ਼ਨ ਪੱਖੋਂ ਪੰਜਾਬ ਬਿਲਕੁਲ ਇਹ ਖਤਮ ਕਰ ਰਹੇ ਨੇ। ਅਕਾਲੀ ਦਲ BJP ਨੇ ਲਗਭਗ 1200 ਕਰੋੜ ਰੁਪਏ ਦਾ ਗਮਨ SC ST ਸਕਾਲਰਸ਼ਿਪ ਕੀਤਾ। ਹੁਣ ਜਿਹੜੀ ਉਹ ਹੁਣ ਕੈਪਟਨ ਸਾਹਿਬ ਨੇ ਕਿਹਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਵੀ ਜਿਨ੍ਹਾਂ ਨੇ ਗਮਨ ਕੀਤਾ ਅਸੀਂ ਫੜ ਕੇ ਜੇਲ੍ਹਾਂ 'ਚ ਕਰਾਂਗੇ, ਹੁਣ ਆਡਿਟ ਕਰਾਉਣ ਦੇ ਨਾਂ 'ਤੇ ਤੈਨੂੰ 30 ਮਹੀਨੇ ਦੇਣਾਂਗੇ। ਹੁਣ ਕੋਈ ਆਡਿਟ ਵੀ ਨਹੀਂ ਹੋ ਰਿਹਾ, ਉਹੀ ਕੰਮ ਜਿਹੜੇ ਬਾਦਲ ਕਰ ਰਿਹਾ ਸੀਗਾ, ਜਿਹੜਾ ਧੋਖਾ ਬਾਦਲ ਪਰਿਵਾਰ ਕਰ ਰਿਹਾ ਸੀ ਦਲਿਤਾਂ ਦੇ ਨਾਲ, ਉਹੀ ਧੋਖਾ ਕੈਪਟਨ ਸਾਹਿਬ ਕਰ ਰਹੇ ਨੇ। ਕੈਪਟਨ ਸਾਹਿਬ ਨੇ ਕਿਹਾ ਸੀ 5 ਮਰਲੇ ਪਲਾਟ ਦੇਵਾਂਗੇ, ਕਿੱਥੇ ਗਏ ਪਲਾਟ ਕੈਪਟਨ ਸਾਹਿਬ ਦੇ? ਕਿੱਥੇ ਗਏ SC ST ਦਾ ਸਕਾਲਰਸ਼ਿਪ? ਕਿੱਥੇ ਕਿੱਥੇ ਗਏ ਲੋਨ ਵੇਵਰ ਦੇ? ਹਰੇਕ ਸਾਲ ਕੈਪਟਨ ਸਾਹਿਬ ਬਜਟ ਦੇ ਵਿੱਚ ਸੈਸ਼ਨ ਬਜਟ ਜਦੋਂ ਆਉਂਦਾ ਗਾ ਦਲਿਤਾਂ ਦੇ ਲਈ ਬਜਟ ਐਲੋਕੇਟ ਕਰਦੇ ਨੇਗੇ, ਪਰ ਲੇਕਿਨ ਯੂਜ਼ ਨਹੀਂ ਕਿਤੇ ਵੀ ਹੁੰਦਾ, ਮਿਸਯੂਜ਼ ਹੁੰਦਾ ਗਾ, ਉਹਦਾ ਪ੍ਰੋਪਰ ਯੂਜ਼ ਹੀ ਨਹੀਂ ਹੁੰਦਾ ਗਾ। ਜਦਕਿ ਸਭ ਪਲਾਨ ਦੇ ਤਹਿਤ ਜਿੰਨੀ ਕੋਈ ਕਾਸਟ ਦੀ ਰਾਸ਼ੀ ਉਹਨੂੰ ਰੱਖਣੀ ਚਾਹੀਦੀ, ਪਰ ਪੰਜਾਬ 'ਚ ਨਹੀਂ ਰੱਖੀ ਜਾਂਦੀ। ਸੋ ਇਹ ਸਾਰੀਆਂ ਗੱਲਾਂ ਮੁੱਦੇ ਉਠਾਉਣ ਦੇ ਲਈ ਬਿਲਕੁਲ ਬੇਬਾਕ ਉਠਾ ਰਹੇ ਹੈਗੇ, ਔਰ ਲੋਕਾਂ ਨੂੰ ਚੇਤਨ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਦੇ ਲਈ, ਲੋਕਾਂ ਨੇ 70 ਸਾਲ ਜਿਹੜਾ ਹੈਗਾ ਪੰਜਾਬ ਨੂੰ ਲੁੱਟਿਆ ਔਰ ਪੰਜਾਬ ਨੂੰ ਬਰਬਾਦ ਕੀਤਾ। ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਈਏ, ਉਦੋਂ ਪੰਜਾਬ ਨਰੋਇਆ ਸੀ, ਨਵਾਂ ਸੀ, ਤਕੜਾ ਸੀ, ਪਰ ਮੈਂ ਸਮਝਦਾ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਬਰਬਾਦ ਕਰਨ 'ਚ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਬਹੁਤ ਅਹਿਮ ਯੋਗਦਾਨ ਪਾਇਆ। ਜੇ ਆਪਾਂ 1992 ਤੋਂ ਹੀ ਗੱਲ ਕਰ ਲਈਏ, 1992 ਤੱਕ ਪੰਜਾਬ 'ਚ ਸਿਰਫ 8,000 ਕਰੋੜ ਦਾ ਕਰਜ਼ਾ ਸੀ। 92 ਤੱਕ ਪੰਜਾਬ 34% ਤੁਸੀਂ ਗੱਲ ਕੀਤੀ ਹੈ, ਮੈਂ ਇੱਕ ਮਿੰਟ ਲੈਟ ਮੀ ਕੰਪਲੀਟ ਕਰਨ ਦਿਓ। 34% ਵੱਧ ਦੀ ਬਾਅਦ 'ਚ ਗੱਲ ਕਰਦੇ ਹਾਂ, 8,000 ਕਰੋੜ ਦਾ ਕਰਜ਼ਾ ਸੀਗਾ ਜੀ, 8,000 ਕਰੋੜ ਦਾ ਕਰਜ਼ਾ, ਅੱਜ ਵੱਧ ਕੇ 2,50,000 ਕਰੋੜ ਦਾ ਹੋ ਗਿਆ। ਸਰਕਾਰ ਕਿਹਦੀ ਆ 92 ਤੋਂ ਬਾਅਦ? ਜਾਂ ਬਾਦਲ ਸਾਹਿਬ ਦੀ ਆਈ ਆ, ਜਾਂ ਕੈਪਟਨ ਸਾਹਿਬ ਦੀ ਆਈ ਆ? ਦੋ ਪਰਿਵਾਰਾਂ ਨੇ ਰਾਜ ਕੀਤਾ, ਦੋਨਾਂ ਪਰਿਵਾਰਾਂ ਨੇ ਪੰਜਾਬ ਦੇ ਸਿਰ 'ਤੇ
ਲੀਡਰਸ਼ਿਪ ਪੈਦਾ ਹੁੰਦੀ ਆ। ਆਮ ਆਦਮੀ ਪਾਰਟੀ ਬਿਲਕੁਲ ਨਵੀਂ ਪਾਰਟੀ ਆ, ਆਮ ਆਦਮੀ ਪਾਰਟੀ ਨੇ ਆਪਣੇ ਚਿਹਰੇ ਉਭਾਰ ਲੈਣੇ, ਆਮ ਆਦਮੀ ਪਾਰਟੀ ਨੇ ਆਪਣੇ ਨੌਜਵਾਨ ਲੀਡਰ ਜਿਹੜੇ ਹੈਗੇ ਉਹਨ੾ਂ ਨੂੰ ਅੱਗੇ ਲੈ ਕੇ ਆਉਣਾ ਹੈਗਾ। ਸੋ ਉਸ ਨੀਤੀ ਤਹਿਤ ਮੈਨੂੰ ਲੈ ਕੇ ਆਉਂਦਾ ਕਿ ਇਹ 'ਚ ਗੱਲ ਕੀ ਆ, ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਤਾਂ ਫੂਲਕਾ ਸਾਹਿਬ ਸੀਗੇ ਜੀ, ਉਦੋਂ ਫੂਲਕਾ ਸਾਹਿਬ ਨਾਲ ਕੰਮ ਕਰਦੇ ਸੀਗੇ। ਸੁਖਪਾਲ ਸਿੰਘ ਖਹਿਰਾ ਨੂੰ ਕੀ ਦਿੱਕਤ ਆ ਗਈ ਸੀਗੀ ਉਹਨੂੰ? ਕਿਉਂ ਕਿਉਂ ਉਹ, ਕਿਉਂਕਿ ਉਹ ਸਮਝਦਾ ਉਹ ਕਿਤੇ ਨਾ ਕਿਤੇ ਉਹ ਜਿਹੜਾ ਹੈਗਾ ਮੌਕਾ ਪ੍ਰਸਤ ਆਦਮੀ ਆ, ਸਭ ਨੂੰ ਪਤਾ ਪੰਜਾਬ ਦੇ ਲੋਕਾਂ ਨੂੰ ਮੌਕਿਆਂ ਦੀ ਤਲਾਸ਼ 'ਚ ਰਹਿੰਦਾ ਹੈਗਾ, ਹਮੇਸ਼ਾ ਸੱਤਾ ਦਾ ਗ੍ਰੈਬ ਕਰਦਾ, ਕੁਰਸੀ ਪਿਆਰੀ ਆ। ਪਰ ਲੇਕਿਨ ਹੁਣ ਤੁਸੀਂ ਦੇਖੋ, ਜੇਕਰ ਉਹ ਇੰਨਾ ਇਮਾਨਦਾਰ ਸੀ, ਜੇਕਰ ਕਹਿੰਦਾ ਸੀ ਮੈਂ 100 ਉਹਦੇ ਕੁਰਬਾਨ ਕਰ ਦੂੰਗਾ, ਤੇ ਇੱਕ MLAਸ਼ਿਪ ਤਾਂ ਰਿਜ਼ਾਈਨ ਨਹੀਂ ਦੇ ਰਿਹਾ ਹੈਗਾ। MLAਸ਼ਿਪ ਜਦੋਂ ਹੁੰਦੀ ਆ ਕਹਿੰਦਾ ਮੇਰੇ ਪਿੱਠ 'ਚ ਦਰਦਾ, ਮੇਰੇ ਮੋਢੇ 'ਚ ਦਰਦਾ, ਮੇਰੇ ਗਿੱਟੇ 'ਚ ਦਰਦਾ। ਉਦੋਂ ਇੱਦਾਂ ਦੇ ਬਹਾਨੇ ਲਾਉਂਦਾ, ਕਿਉਂ ਨਹੀਂ ਜਾਂਦਾ ਸਪੀਕਰ ਸਾਹਿਬ ਕੋਲ, ਕਿਉਂ ਨਹੀਂ ਬਲਦੇਵ ਸਿੰਘ ਨੂੰ ਲੈ ਕੇ ਜਾਂਦਾ, ਕਿਉਂ ਨਹੀਂ ਆਪਣੇ ਨਾਲ ਦੇ MLA ਨੂੰ ਲੈ ਕੇ ਜਾਂਦਾ? ਤਾਂ ਇੱਥੋਂ ਪਤਾ ਲੱਗਦਾ ਵੀ ਕਿੰਨਾ ਕੁ ਖੁਦਗਰਜ਼ਾ, ਕਿੱਡਾ ਵੱਡਾ ਮੌਕਾ ਪ੍ਰਸਤ ਆ। ਉਹਨੂੰ ਪੰਜਾਬ ਦੇ ਇੰਟਰਸਟ ਨਾਲ ਕੋਈ ਇੰਟਰਸਟ ਨਹੀਂ। ਜਿਹੜੇ ਵਿਧਾਇਕ ਬਾਗੀ ਹੋ ਚੁੱਕੇ ਨੇ, ਜਿਹੜੇ ਵਿਧਾਇਕ ਬਾਗੀ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ, ਉਹ ਹਲੇ ਵੀ ਤੁਹਾਡੇ ਨਾਲ ਵਿਧਾਨ ਸਭਾ ਵਿੱਚ ਬੈਠਦੇ ਨੇ। ਦੇਖੋ ਇਹ ਨੈਤਿਕਤਾ ਦਾ ਸਵਾਲ ਆ, ਨੈਤਿਕਤਾ ਦਾ ਸਵਾਲ ਆ। ਇਹ ਉਹ ਲੋਕਾਂ ਨੂੰ ਪੁੱਛਣਾ ਚਾਹੀਦਾ, ਉਹ ਲੋਕਾਂ ਨੇ ਕਿੱਦਾਂ ਗਦਾਰੀ ਕੀਤੀ ਆ, ਲੋਕਾਂ ਨੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਆਪਣੇ ਪਲਕਾਂ 'ਤੇ ਬਿਠਾ ਕੇ, ਆਪਣੀਆਂ ਅੱਖਾਂ 'ਤੇ ਬਿਠਾ ਕੇ ਵਿਧਾਨ ਸਭਾ 'ਚ ਭੇਜਿਆ, ਪੰਜਾਬ ਦੇ ਪਵਿੱਤਰ ਸਦਨ 'ਚ ਭੇਜਿਆ, ਅੱਜ ਉਹ ਲੋਕ ਉਹਨਾਂ ਨਾਲ ਗਦਾਰੀ ਕਰ ਰਹੇ ਨੇਗੇ। ਉਹ ਜਿਹੜੀ ਪਾਰਟੀ ਜਿੱਤੇ ਨੇ ਉਸ ਪਾਰਟੀ ਨਾਲ ਗਦਾਰੀ ਕਰ ਰਹੇ ਨੇ, ਆਪਣੇ ਹਲਕੇ ਦੇ ਲੋਕਾਂ ਨਾਲ ਗਦਾਰੀ ਕਰ ਰਹੇ ਨੇਗੇ। ਦੂਜਾ ਅਸਤੀਫਾ ਦੇ ਕੇ ਵਾਰ ਵਾਰ ਸਪੀਕਰ ਕੋਲ ਨਹੀਂ ਜਾ ਰਹੇ, ਦੂਜਾ ਸਪੀਕਰ ਸਾਹਿਬ ਉਹਨੂੰ ਲਗਾਤਾਰ ਬਚਾ ਰਹੇ ਨੇ। ਸੋ ਇੱਥੋਂ ਪਤਾ ਲੱਗਦਾ ਵੀ ਸਪੀਕਰ ਸਾਹਿਬ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹ ਗੇਮ ਖੇਡ ਰਹੀ ਆ, ਜਿਵੇਂ ਉਹਨੂੰ ਸੂਤ ਲੱਗਦਾ ਉੱਦਾਂ ਕਰ ਰਹੀ ਆ। ਉਹਨੂੰ ਐਂ ਲੱਗਦਾ ਆਹ ਬਾਈ ਇਲੈਕਸ਼ਨ ਇਸ ਤਰ੍ਹਾਂ ਕਰਾ ਲਓ, ਫਿਰ ਦੂਜੀ ਬਾਈ ਇਲੈਕਸ਼ਨ ਇਸ ਤਰ੍ਹਾਂ ਕਰਾ ਲਓ, ਇਕੱਲੀ ਇਕੱਲੀ, ਕਿਉਂਕਿ ਸਰਕਾਰ ਕਿਤੇ ਨਾ ਕਿਤੇ ਡਰ ਰਹੀ ਆ ਵੀ ਜੇਕਰ ਇਕੱਠੀਆਂ ਬਾਈ ਇਲੈਕਸ਼ਨ ਹੋਣਗੀਆਂ ਤਾਂ ਅਸੀਂ ਹਾਰ ਜਾਵਾਂਗੇ। ਇਸੇ ਨੀਤੀ ਦੇ ਤਹਿਤ ਜਿਹੜੇ ਅਸਤੀਫੇ ਨਹੀਂ ਪ੍ਰਵਾਨ ਹੋ ਰਹੇ, ਉਸੇ ਤਹਿਤ ਦੇ ਵਿੱਚ, ਉਸੇ ਏਜੰਡੇ ਦੇ ਤਹਿਤ ਸੁਖਪਾਲ ਖਹਿਰਾ ਕੰਮ ਕਰ ਰਹੇ ਨੇ, ਇਸੇ ਏਜੰਡੇ ਤਹਿਤ ਜਿਹੜੇ ਦੂਜੇ ਵਿਧਾਇਕ ਨੇ, ਦੂਜੇ MLA ਸਾਹਿਬਾਨ ਨੇ, ਉਹ ਏਜੰਡੇ ਦਾ ਉਹ ਕੰਮ ਕਰ ਰਹੇ ਨੇ ਜਿਹੜਾ ਕੰਮ ਕਾਂਗਰਸ ਪਾਰਟੀ ਜਿਵੇਂ ਕਹਿੰਦੀ ਉਵੇਂ ਕਰ ਰਹੇ ਨੇ। ਸੋ ਇਹੀ ਕਾਰਨ ਆ ਕਿ ਉਹ ਜਿਹੜਾ ਬਣਿਆ ਸੀ ਫਰੰਟ ਕੀ ਨਾਂ ਉਹਦਾ, ਅਤੇ ਉਹਨੂੰ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਜੀ। ਤੁਹਾਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਹੈਗਾ ਦਿਨ ਬ ਦਿਨ ਡਿੱਗਦਾ ਜਾ ਰਿਹਾ? ਜੋ 2017 ਵਿੱਚ ਆਧਾਰ ਸੀਗਾ, ਹੁਣ 2019 ਵਿੱਚ ਉਹਦਾ ਗ੍ਰਾਫ ਬਹੁਤ ਹੇਠਾਂ ਆਇਆ ਇੱਕਦਮ। ਦੇਖੋ ਤੁਸੀਂ ਦੇਖੋ, ਪੰਜਾਬ ਦੇ ਵਿੱਚ 2017 ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਸਰਕਾਰ ਬਣਾ ਰਹੀ ਸੀ। ਉਸ ਸਮੇਂ ਕੀ ਹੋਇਆ ਸੀਗਾ, ਉਸ ਸਮੇਂ KPS ਗਿੱਲ ਸਾਹਿਬ ਜਿਉਂਦੇ ਸੀਗੇ ਜੀ, ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ, ਮਨੂ ਸਿੰਘ ਜੀ ਨੇ ਟਵੀਟ ਕੀਤਾ ਸੀ ਕਿ ਪੰਜਾਬ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਪੰਜਾਬ 'ਚ ਅੱਤਵਾਦ ਫੈਲ ਜੂਗਾ ਜੀ, ਪੰਜਾਬ ਖਾਲਿਸਤਾਨ ਬਣ ਜੂਗਾ। ਉਸ ਤੋਂ ਬਾਅਦ ਅਕਾਲੀ ਦਲ ਵਾਲੇ ਕੀ ਕਹਿੰਦੇ ਸੀਗੇ, ਪੰਜਾਬ ਨਕਸਲਾਈਟ ਬਣ ਜੂਗਾ। ਦਿੱਲੀ ਦੇ ਵਿੱਚ ਲਗਾਤਾਰ ਅਰਵਿੰਦ ਕੇਜਰੀਵਾਲ ਜੀ ਕੰਮ ਕਰ ਰਹੇ ਨੇ, ਕੀ ਦਿੱਲੀ ਵਿੱਚ ਕੋਈ ਅੱਤਵਾਦ ਫੈਲ ਰਿਹਾ, ਕਿ ਦਿੱਲੀ 'ਚ ਕੋਈ ਨਕਸਲਾਈਟ ਆ ਰਹੇ ਨੇਗੇ, ਜਾਂ ਦਿੱਲੀ 'ਚ ਕੋਈ ਖੂਨ ਖਰਾਬਾ ਹੋ ਰਿਹਾ ਹੈਗਾ ਦਿੱਲੀ ਦੇ ਵਿੱਚ? ਸਰਕਾਰ ਹਾਲਾਂਕਿ ਦਿੱਲੀ ਦੇ ਵਿੱਚ ਜਿਹੜਾ ਹੈਗੇ ਸਾਡੇ ਕੋਲ ਪੁਲਿਸ ਹੈ ਨਹੀਂ, ਫਿਰ ਵੀ ਉੱਥੇ ਕਿੰਨੀ ਇਮਾਨਦਾਰ ਸਰਕਾਰ ਬਣਦੇ ਆ। ਸੋ ਦੋਨਾਂ ਪਾਰਟੀਆਂ ਸਟੇਟਮੈਂਟ ਕੱਢ ਕੇ ਦੇਖ ਲਓ, ਦੋਨਾਂ ਪਾਰਟੀਆਂ ਨੇ 2017 ਦੇ ਵਿੱਚ ਲੋਕਾਂ 'ਚ ਡਰ ਪੈਦਾ ਕੀਤਾ, ਸਹਿਮ ਪੈਦਾ ਕੀਤਾ। ਉਹ ਸਟੇਟਮੈਂਟ ਤੋਂ ਬਾਅਦ ਕੀ ਹੋਇਆ, ਮੌੜ ਦੇ ਵਿੱਚ ਬੰਬ ਬਲਾਸਟ ਹੋਇਆ, ਮੌੜ ਦੇ ਵਿੱਚ ਬੰਬ ਬਲਾਸਟ ਹੋਇਆ। ਉਸ ਬੰਬ ਬਲਾਸਟ 9-6 ਬੱਚੇ 3 ਵਿਅਕਤੀ ਮਾਰੇ ਗਏ। ਉਸ ਬੰਬ ਬਲਾਸਟ ਦੀ ਹਜੇ ਤੱਕ ਜਿਹੜੀ ਜਾਂਚ ਆ ਪੂਰੀ ਨਹੀਂ ਹੋ ਸਕੀ। 30 ਮਹੀਨੇ ਕਿਉਂ ਨਹੀਂ ਹੋਈ, ਕਿਉਂਕਿ ਇਹਨਾਂ ਨੇ ਖੁਦ ਕਰਵਾਇਆ ਸੀ, ਇਹਦੇ ਏਜੰਸੀਆਂ ਨੇ ਕਰਵਾਇਆ ਸੀ। ਇਹ ਸਾਰੇ ਲੋਕ ਚਾਹੁੰਦੇ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਨਾ ਬਣੇ, ਜੇਕਰ ਆਮ ਆਦਮੀ ਪਾਰਟੀ ਸਰਕਾਰ ਬਣਦੀ ਸਾਰੇ ਜਿਹੜੇ ਮਸਲੇ ਦੀ ਪੰਜਾਬ ਦੇ ਹੱਦ ਹੋ ਜਾਣੇ ਸੀਗੇ। ਸੋ ਕਿਤੇ ਨਾ ਕਿਸੇ ਨੀਤੀ ਦੇ ਤਹਿਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਰੋਕਣ ਦੇ ਲਈ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਕੈਪਟਨ ਸਾਹਿਬ, ਇਹ ਸਾਰੇ BJP ਇਕੱਠੇ ਹੋ ਗਏ ਸੀਗੇ। ਪਰ ਹੁਣ ਲੋਕਾਂ ਨੂੰ ਪੰਜਾਬ ਦੇ ਨੂੰ ਪਤਾ ਲੱਗ ਗਿਆ, ਹੁਣ ਅਸੀਂ ਹਰੇਕ ਘਰ ਘਰ ਸਾਡੀ ਮੁਹਿੰਮ ਜਾਰੀ ਹੈ, ਹਰੇਕ ਪਿੰਡ, ਹਰੇਕ ਸ਼ਹਿਰ, ਹਰੇਕ ਗਲੀ, ਹਰੇਕ ਜਾਵਾਂਗੇ, ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਜਿਹੜਾ ਲੁੱਟ ਦਾ ਕਨਸੈਪਟ ਆ, ਲੁੱਟ ਦਾ ਜਿਹੜਾ ਇਹ ਜਿਹੜਾ ਮਾਫੀਆ, ਲੁਟੇਰਾ ਮਾਫੀਆ, ਜੇਕਰ ਪੰਜਾਬ ਨੂੰ ਬਚਾਉਣਾ ਤਾਂ ਲੁਟੇਰੇ ਮਾਫੀਆ ਨੂੰ ਬਾਹਰ ਰੱਖੋ। ਸੋ ਪੰਜਾਬ ਜਾਵਾਂਗੇ, ਸਾਨੂੰ ਪੂਰਨ ਉਮੀਦ ਆ ਕਿ 22 ਲਹਿਰ ਦੁਬਾਰਾ ਖੜਾ ਹੋਊ ਔਰ ਪੰਜਾਬ ਸਰਕਾਰ ਬਣੂ। ਅਕਾਲੀ ਭਾਜਪਾ ਨੂੰ ਕਦੇ ਵੀ ਕਾਂਗਰਸ ਤੋਂ ਡਰ ਨਹੀਂ ਲੱਗਿਆ, ਕਾਂਗਰਸ ਨੂੰ ਕਦੇ ਅਕਾਲੀ ਭਾਜਪਾ ਤੋਂ ਡਰ ਨਹੀਂ ਲੱਗਿਆ। ਆਪਸ 'ਚ ਉਹ ਖੈਬਾਜ਼ੀ ਚੱਲਦੀ ਰਹੀ, ਆਪਸ 'ਚ ਵਿਰੋਧੀ ਧਿਰ ਜਾਂ ਹੁਕਮਰਾਨ ਧਿਰ ਆਪਸ 'ਚ ਹੀ ਲੜਦੇ ਰਹੇ, ਠੀਕ ਹੈ। ਲੇਕਿਨ ਜਦੋਂ ਆਮ ਆਦਮੀ ਪਾਰਟੀਆਂ ਦੀ, ਆਮ ਆਦਮੀ ਪਾਰਟੀ ਤੋਂ ਡਰ ਕਿਉਂ ਲੱਗਿਆ ਹੋਇਆ? ਆਮ ਆਦਮੀ ਪਾਰਟੀ ਤੋਂ ਇਸ ਗੱਲ ਕਰਕੇ ਡਰਦੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ, ਪੰਜਾਬ ਦੇ, ਪੰਜਾਬ ਨੂੰ, ਪੰਜਾਬੀਅਤ ਨੂੰ ਖੜਾ ਕਰਨ ਦੀ ਲੜਾਈ ਲੜ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਇੱਕ ਅੱਛੀ ਸਰਕਾਰ ਬਣੇ, ਇਮਾਨਦਾਰ ਸਰਕਾਰ ਬਣੇ, ਕਿਉਂਕਿ ਬੇਈਮਾਨ ਜਿਹੜੇ ਨੇ, ਚੋਰ ਚੋਰ ਮਛੇਰੇ ਭਾਈ, ਚੋਰ ਚੋਰ ਮਛੇਰੇ ਭਾਈ, ਇਹ ਸਾਰੇ ਇਕੱਠੇ ਹੋ ਕੇ ਲੜਦੇ ਨੇਗੇ। ਉਹ ਕਹਿੰਦਾ ਤੂੰ ਚਾਚੇ ਤਾਂ ਇੱਕ ਦੂਜੇ 'ਤੇ, ਚਾਚਾ ਇੱਧਰ ਆ, ਭਤੀਜਾ ਉੱਧਰ ਹੈਗਾ। ਸੋ ਸਾਰੇ ਤਾਂ ਇਕੱਠੇ ਨੇ, ਆਪਸੀ ਰਿਸ਼ਤੇਦਾਰੀਆਂ ਇਹਨਾਂ ਦੀਆਂ। ਸੋ ਇਹ ਗੱਠਜੋੜ ਨੂੰ ਤੋੜਨ ਦੇ ਲਈ, ਜਿਹੜਾ ਰਾਜਨੀਤਿਕ ਗੱਠਜੋੜ ਮੈਂ ਸਮਝਦਾ ਬਣਿਆ ਆ ਅਕਾਲੀ ਦਲ ਕਾਂਗਰਸ ਦਾ, ਉਹਨੂੰ ਤੋੜਨ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਜ਼ੋਰ ਲਾ ਰਹੀ ਆ। ਉਹ ਗੱਠਜੋੜ ਨੂੰ ਤੋੜ ਕੇ ਰਹਾਂਗੇ ਔਰ ਪੰਜਾਬ ਦੇ ਲੋਕਾਂ ਨੂੰ ਦੱਸ ਰਿਹਾ ਵੀ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਆਪਦੀਆਂ
ਇਹ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀਆਂ ਟੀਮਾਂ ਨੇਗੀਆਂ, ਇਹ ਦੋਨੇ ਏ ਟੀਮਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਲੀਆਂ। ਅਕਾਲੀ ਦਲ ਵੀ ਜੋ ਸੱਤਾ 'ਚ ਹੁੰਦਾ ਉਦੋਂ ਲੁੱਟਣਾ ਸ਼ੁਰੂ ਕਰ ਦਿੰਦਾ, ਜਦੋਂ ਸੱਤਾ 'ਚ ਬਾਹਰ ਚਲਾ ਜਾਂਦਾ ਉਦੋਂ ਪੰਜਾਬ ਦੇ ਮਸਲੇ ਯਾਦ ਆ ਜਾਂਦੇ ਨੇ ਇਹਨਾਂ ਨੂੰ। ਇਹੀ ਕੰਮ ਕਾਂਗਰਸ ਦਾ, ਜਦੋਂ ਕਾਂਗਰਸ ਸੱਤਾ 'ਚ ਆਉਂਦੀ ਆ ਪੰਜਾਬ ਦੇ ਮਸਲੇ ਭੁੱਲ ਜਾਂਦੀ ਆ, ਲੁੱਟਣਾ ਸ਼ੁਰੂ ਕਰ ਦੇਣਗੇ। ਆਮ ਆਦਮੀ ਪਾਰਟੀ ਬੜੀ ਸਿਹਰਦਾ, ਆਮ ਆਦਮੀ ਪੰਜਾਬ ਦੇ ਲੋਕਾਂ ਦੀ ਇਹ ਟੀਮ ਆ, ਪੰਜਾਬ ਦੇ ਲੋਕਾਂ ਨਾਲ ਖੜੀ ਆ, ਪੰਜਾਬ ਦੇ ਲੋਕਾਂ ਨਾਲ ਖੜੀ ਰਹੂਗੀ, ਪੰਜਾਬ ਦੇ ਮਸਲਿਆਂ ਦੀ ਗੱਲ ਕਰਦੀ ਆ, ਔਰ ਖੜੇ ਰਹਾਂਗੇ, ਅੰਤਮ ਦਮ ਤੱਕ ਖੜੇ ਰਹਾਂਗੇ, ਔਰ ਪੰਜਾਬ ਨੂੰ ਬਚਾ ਕੇ ਰਹਾਂਗੇ। ਇਹ ਲੁਟੇਰੀਆਂ ਜਮਾਤਾਂ ਬੜੀ ਜਲਦੀ ਖਤਮ ਹੋਣਗੀਆਂ, ਚਾਹੇ ਉਹ ਕਾਂਗਰਸ ਆ ਚਾਹੇ ਜਿਹੜੀ ਹੈਗੀ ਆ ਅਕਾਲੀ ਦਲ ਬੀਜੇਪੀ। ਤੁਸੀਂ ਪੂਰੇ ਪੰਜਾਬ ਦੀ ਗੱਲ ਕਰੋ ਕਿ ਪੰਜਾਬ ਦੇ ਨਾਲ ਤੁਸੀਂ ਖੜੇ ਰਹੋਗੇ, ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਆਪਸ 'ਚ ਨਹੀਂ ਖੜੇ ਹੁੰਦੇ। ਅਮਨ ਅਰੋੜਾ ਅਤੇ ਤੁਹਾਡੀ ਖੈਬਾਜ਼ੀ ਜਿਹੜੀ ਹੈ ਉਹ ਜਗ ਜ਼ਾਹਰ ਹੈ ਪੂਰੀ। ਬਿਲਕੁਲ ਕੋਈ ਲੜਾਈ ਨਹੀਂ, ਅਮਨ ਅਰੋੜਾ ਜੀ ਮੇਰੇ ਵੱਡੇ ਭਰਾ ਨੇਗੇ, ਰੋਜ਼ਾਨਾ ਗੱਲ ਹੁੰਦੀ ਹੈ, ਮੀਟਿੰਗ 'ਤੇ ਆਉਂਦੇ ਨੇ, ਇਕੱਠੇ ਮਿਲਦੇ ਨੇ, ਕੋਈ ਗੱਲਬਾਤ ਨਹੀਂ। ਉਹ ਕਿਸੇ ਮੀਡੀਆ ਦੇ ਇੱਕ ਸੈਕਸ਼ਨ ਨੇ, ਉਹ ਬਿਲਕੁਲ ਉਭਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਿਨਾਂ ਕੁਛ ਨਹੀਂ ਹੈਗਾ। ਔਰ ਅਮਨ ਜੀ ਸਾਡੇ ਬੜੇ ਸਤਿਕਾਰਯੋਗ ਨੇ, ਪਿੱਛੇ ਪਰਸੋਂ ਵੀ ਸਾਡੀ ਜਿਹੜੀ ਚੀਮਾ ਮੰਡੀ 'ਚ ਮੀਟਿੰਗ ਸੀਗੀ, ਉੱਥੇ ਵੀ ਉਹਨਾਂ ਨੇ ਮੀਟਿੰਗ 'ਚ ਗਏ ਨੇਗੇ, ਔਰ ਲੋਕਾਂ ਨਾਲ ਇਕੱਠੇ ਭਗਵੰਤ ਮਾਨ ਜੀ, ਅਮਨ ਅਰੋੜਾ ਜੀ, ਪ੍ਰਿੰਸੀਪਲ ਬੁਧਰਾਮ ਜੀ, ਇਕੱਠੀਆਂ ਮੀਟਿੰਗਾਂ ਹੋ ਰਹੀਆਂ ਨੇਗੀਆਂ, ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈਗੀ। ਪਰ ਕੋਈ ਅਜਿਹਾ ਚਿਹਰਾ ਹੈਗਾ ਜਿਹਨੂੰ ਤੁਸੀਂ ਕਹੋਗੇ ਕਿ ਹਾਂ ਇਹ ਆਮ ਆਦਮੀ ਪਾਰਟੀ ਦੇ ਕੱਦਾਵਰ ਨੇਤਾ ਵਿੱਚੋਂ ਅਸੀਂ ਗਿਣਦੇ ਹਾਂ ਭਗਵੰਤ ਮਾਨ ਨੂੰ ਛੱਡ ਕੇ? ਦੇਖੋ ਜਿੰਨੇ ਵੀ ਸਾਡੇ ਚਿਹਰੇ ਨੇਗੇ, ਜਿੰਨੇ ਵੀ ਸਾਡੇ ਐਮ ਐਲ ਏ ਨੇ, ਸਾਰੇ ਬੜੇ ਕੱਦਾਵਰ ਨੇ, ਸਾਰੇ ਬੜੇ ਸਤਿਕਾਰਯੋਗ ਨੇ, ਸਾਰੇ ਬੜੇ ਇੰਟੈਲੀਜੈਂਟ ਨੇ। ਕੋਈ ਇੱਕ ਅਜਿਹਾ ਚਿਹਰਾ ਨਹੀਂ ਹੈ ਜੋ ਕਿ ਪੂਰੀ ਪਾਰਟੀ ਨੂੰ ਨਾ ਲੈ ਕੇ ਚੱਲੇ, ਅਜਿਹਾ ਸਾਰੇ ਚਿਹਰੇ, ਕਿਉਂਕਿ ਇੱਕ ਅਜਿਹੇ ਚਿਹਰੇ ਦੀ ਕਮੀ ਜਿਹੜੀ ਹੈ ਨਾ ਉਹ ਸ਼ੁਰੂ ਤੋਂ ਹੀ ਮਹਿਸੂਸ ਕੀਤੀ ਜਾ ਰਹੀ ਹੈ। ਨਹੀਂ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਆਮ ਆਦਮੀ ਪਾਰਟੀ ਸਾਰੇ ਚਿਹਰੇ ਨੇਗੇ, ਔਰ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਅੱਛਾ ਕੰਮ ਕਰ ਰਹੀ ਆ, ਪੰਜਾਬ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਅੱਛਾ ਕੰਮ ਕਰ ਰਹੇ ਨੇਗੇ, ਅਰਵਿੰਦ ਕੇਜਰੀਵਾਲ ਦਿੱਲੀ 'ਚ ਕੰਮ ਕਰ ਰਹੇ ਨੇ, ਬੜਾ ਅੱਛਾ ਕੰਮ ਹੋ ਰਿਹਾ। ਤੁਸੀਂ ਦੇਖੋਗੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਸਰਕਾਰ ਬਣਾਊਗੀ। ਤੋ ਦੇਖਦੇ ਹਾਂ 2022 ਵਿੱਚ ਤੁਸੀਂ ਇੱਥੇ ਹੋਵੋਗੇ, ਮੈਂ ਵੀ ਇੱਥੇ ਹੋਵਾਂਗਾ, ਤੁਹਾਡੀ ਜੇਕਰ ਸਰਕਾਰ ਬਣੇਗੀ ਤਾਂ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗਾ, ਔਰ ਦੇਖਾਂਗਾ ਕਿ ਉਦੋਂ ਜਿਹੜਾ VIP ਕਲਚਰ ਹੈ ਉਹ ਖਤਮ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ VIP ਕਲਚਰ ਜਿਹੜਾ ਹੈਗਾ ਇਹੀ ਸਭ ਤੋਂ ਵੱਡੀ ਲਾਹਨਤ ਹੈ ਪੰਜਾਬ ਦੇ ਲਈ ਔਰ ਬਾਕੀ ਸੂਬਿਆਂ ਦੇ ਲਈ। ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ। ਸੋ ਚੀਮਾ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਤੁਹਾਨੂੰ ਮੇਰਾ ਪ੍ਰੋਗਰਾਮ ਜੇਕਰ ਪਸੰਦ ਆਇਆ ਹੋਵੇ ਤਾਂ ਜ਼ਰੂਰ ਮੇਰੇ ਫੇਸਬੁੱਕ ਪੇਜ 'ਤੇ ਜਾਓ @BhalinderOfficial, ਆਪਣੇ ਕਮੈਂਟ ਦਿਓ, ਆਪਣੇ ਸੁਝਾਅ ਦਿਓ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਦੇ ਲਈ, ਧੰਨਵਾਦ।